ਅੱਜ ਮੇਰੇ ਮਹਿਮਾਨ ਆ ਇੱਕ ਪਿੰਡ ਪੰਜਾਬ ਤੋਂ ਇਕਬਾਲ ਖਾਨ ਸਾਹਿਬ ਨਾਸਰ ਸਾਹਿਬ ਅਤੇ ਇਹਨਾਂ ਦੇ ਪ੍ਰੋਗਰਾਮ ਦੇਖਣ ਤੋਂ ਹੀ ਫਿਰ ਮੈਨੂੰ ਹੀ ਮੇਰੇ ਕੋਲ ਵੀ ਬਜ਼ੁਰਗਾਂ ਦੀ ਕਾਫੀ ਮਾਲੂਮਾਤ ਸੀ ਇਹਨਾਂ ਨੂੰ ਦਾਵਤ ਦਿੱਤੀ ਅਤੇ ਖੁਦ ਬੜੇ ਮਸਰੂਫ ਆਦਮੀ ਹੈ ਔਰ ਬੜਾ ਇਹਨਾਂ ਦਾ ਇਹਦੇ 'ਚ ਇੱਕ ਕਿਰਦਾਰ ਹੈਗਾ ਇਹਨਾਂ ਦਾ ਬੜਾ ਕਿ ਇਹ ਸਾਰੀ ਫੁੱਲੀਆਂ ਵਸਤਰੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਇਕੱਠਾ ਕਰਦੇ ਆ ਹਿਸਟਰੀ ਨੂੰ ਇਕੱਠਾ ਕਰਦੇ ਆ ਔਰ ਚੜ੍ਹਦੇ ਔਰ ਲੈਂਦੇ ਪੰਜਾਬ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਇਹਨਾਂ ਵਾਹੇ ਤੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਅਤੇ ਇਹ ਸਾਡੇ ਇਲਾਕੇ 'ਚ ਆਏ ਬਹੁਤ ਸਾਰੇ ਬਜ਼ੁਰਗਾਂ ਨੇ ਇਹਨਾਂ ਨਾਲ ਮੁਲਾਕਾਤ ਕਰਾਈ ਹੈ ਔਰ ਇਹਨਾਂ ਜਿਹੜੇ ਵੀ ਇੰਟਰਵਿਊਜ਼ ਹੈ ਇਹ ਇਨਸ਼ਾਅੱਲਾ ਤਾਲਾ ਤੁਸੀਂ ਇਹ ਦੇਖੋਗੇ ਇਹਨਾਂ ਦਾ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਟਾਈਮ ਕੱਢਿਆ ਇਹਨਾਂ ਨੇ ਬਹੁਤ ਟਾਈਮ ਦਿੱਤਾ ਔਰ ਬਹੁਤ ਦੂਰੋਂ ਆਇਆ 400-500 ਕਿਲੋਮੀਟਰ ਦੂਰ ਇੱਥੋਂ ਆਇਆ ਔਰ ਅੱਜ ਮੇਰੇ ਮਹਿਮਾਨ ਔਰ ਅੱਜ ਹੀ ਵਾਪਸ ਜਾ ਰਿਹਾ ਔਰ ਬਹੁਤ ਇਹਨਾਂ ਦਾ ਧੰਨਵਾਦ ਰਹੀਮ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਆਦਾਬ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੋ ਔਰ ਤੁਹਾਡੇ ਪਿਆਰੇ ਪਿਆਰੇ ਕਮੈਂਟਸ ਲਾਈਕ ਸਾਨੂੰ ਮਿਲਦੇ ਰਹਿੰਦੇ ਨੇ ਤੁਹਾਡੇ ਸਾਰੇ ਵੀਰਿਆਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਅਸੀਂ ਅਜਿਹੇ ਮਹਿਮਾਨਾਂ ਦੇ ਨਾਲ ਹਾਜ਼ਰ ਹਾਂ ਜਿਨ੍ਹਾਂ ਦਾ ਤਾਲਕ ਸਾਦਕਾਬਾਦ ਤੋਂ ਆ ਔਰ ਇਹ ਸ਼ਹਿਰ ਸਿੰਧ ਦੇ ਬਾਰਡਰ ਨੂੰ ਟੱਚ ਕਰਦਾ ਹੈ ਅੱਜ ਅਸੀਂ ਇਹਨਾਂ ਦੀ ਹੀ ਵਿਸਾਤਤ ਦੇ ਨਾਲ ਕੁਛ ਇੰਟਰਵਿਊ ਕਰਨ ਵਾਸਤੇ ਇੱਥੇ ਆਏ ਹੋਏ ਹਾਂ ਲੇਕਿਨ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਕੁਛ ਗੱਲਾਂ ਇਹਨਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸਾਡੇ ਨਾਲ ਜਨਾਬ ਚੌਧਰੀ ਸਈਦ ਅਹਿਮਦ ਸਾਹਿਬ ਹਾਜ਼ਰ ਨੇ ਅੱਜ ਅਸੀਂ ਉਹਨਾਂ ਨਾਲ ਕੁਛ ਗੱਲਾਂ ਕਰਾਂਗੇ ਔਰ ਉਮੀਦ ਹੈ ਕਿ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਅੱਛਾ ਲੱਗੇਗਾ ਅਸਲਾਮ ਅਲੈਕੁਮ ਸਰ ਵਾਲੇਕੁਮ ਅਸਲਾਮ ਕੀ ਹਾਲ ਚਾਲ ਅਲਮ ਠੀਕ ਠਾਕ ਹੋ ਸਰ ਜ਼ਰਾ ਆਪਣਾ ਛੋਟਾ ਜਿਹਾ ਤਾਰਫ ਕਰਵਾ ਸਕਦੇ ਹੋ ਜੀ ਜੀ ਮੇਰਾ ਨਾਮ ਸਈਦ ਅਹਿਮਦ ਹੈ ਸਾਦਕਾਬਾਦ ਦੇ ਅਸੀਂ ਰਹਿਣ ਵਾਲੇ ਹਾਂ ਜੀ ਔਰ ਮੇਰੀ ਪੈਦਾਇਸ਼ 1950 ਦੀ ਹੈ ਇੱਥੇ ਦੀ ਜੀ ਔਰ ਬੇਸਿਕਲੀ ਅਸੀਂ ਸਾਡਾ ਤਾਲਕ ਜਿਹੜਾ ਉਹ ਜਲੰਧਰ ਦੇ ਨਾਲ ਇੱਕ ਤਹਿਸੀਲ ਨਕੋਦਰ ਹੈ ਗਾਂ ਉਹਦਾ ਪਿੰਡ ਹੈ ਤੰਦਾਉਰਾ ਮਹਿਤਪੁਰ ਦੇ ਨਾਲ ਉੱਥੋਂ ਦੇ ਸਾਡੇ ਪੁਰਖ ਜਿਹੜੇ ਉੱਥੋਂ ਦੇ ਪਿੰਡ ਆਪਣਾ ਹੈ ਤੰਦਾਉਰਾ ਤੰਦਾਉਰਾ ਹਾਂਜੀ ਹਾਂਜੀ ਠੀਕ ਅਤੇ ਸਰ ਆਪਣੇ ਵਾਲਦ ਸਾਹਿਬ ਦਾ ਇਸਮੇ ਗ੍ਰਾਮੀ ਕੀ ਮੇਰੇ ਵਾਲਦ ਸਾਹਿਬ ਨਿਆਜ਼ ਅਹਿਮਦ ਮੇਰੇ ਵਾਲਦ ਸਾਹਿਬ ਨਾਲ ਜੀ ਅਤੇ ਮੇਰੇ ਦਾਦੇ ਨਾਲ ਸੀ ਗੁਲਾਮ ਗੌਸ ਗੁਲਾਮ ਗੌਸ ਜੀ ਸਾਡਾ ਆਰਾਈ ਬਰਾਦਿਆਂ ਦਾ ਤਾਲਕ ਹੈ ਸਾਡਾ ਜਿਹੜਾ ਜਲੰਧਰ ਪਿੰਡ ਸੀ ਉਹ ਵੀ ਸਾਰਾ ਸਾਰਾ ਰਾਈਆਂ ਦਾ ਸੀ ਅਤੇ ਸਾਧੂ ਸੁਨਿਆਰਾ ਕਹਿੰਦੇ ਹਿੰਦੂ ਹੁੰਦਾ ਸੀ ਬਾਕੀ ਦੂਸਰੇ ਹੋਣਗੇ ਲੇਕਿਨ ਸਾਡੇ ਨਾਲ ਹਰੀਪੁਰ ਸੀ ਉਹ ਅੱਧਾ ਮੁਸਲਮਾਨਾਂ ਦਾ ਸੀ ਅਤੇ ਅੱਧਾ ਉਹਦਾ ਸੀ ਅਤੇ ਗਾਂ ਸਾਡੀ ਗੋਤ ਹੈਗੀ ਆ ਢੇਰੂ ਰਾਈ ਬਰਾਦਰੀ ਰਾਈ ਬਰਾਦਰੀ ਗੋਤ ਉੱਥੇ ਮੋਲ ਵੀ ਬਹੁਤ ਸੀ ਅਤੇ ਤੁਹਾਡੇ ਗੁਜਰ ਵੀ ਬਹੁਤ ਸੀ ਹੋਰ ਵੀ ਕਈ ਕੰਮ ਸੀ ਜਿੱਦਾਂ ਆਪਾਂ ਨੂੰ ਕੱਲ੍ਹ ਮਿਲਿਆ ਹੈਗਾ ਉਹ ਮੁਗਲ ਸੀ ਨਾ ਇਸ ਤਰੀਕੇ ਨਾਲ ਲੇਕਿਨ ਜਿੱਥੇ ਤੱਕ ਮੇਰੇ ਆਪਣੇ ਪਿੰਡ ਦੀ ਮਾਲੂਮਾਤ ਆ ਜੀ ਉੱਥੇ ਇੱਦਾਂ ਹੀ ਸੀ ਉੱਥੇ ਤਕਰੀਬਨ ਸਾਰੀ ਰਾਈਆਂ ਦੀ ਬਰਾਦਰੀ ਹਾਂ ਲੇਕਿਨ ਉਹ ਵੀ ਇਹੀ ਦੱਸਦੇ ਆ ਕਿ ਜਿੱਦਾਂ ਸਾਡੇ ਹਰੀਪੁਰਾ ਜ਼ਮੀਨ ਸਾਂਝੀ ਆ ਸਿੱਖਾਂ ਦੇ ਨਾਲ ਮਤਲਬ ਕੰਮ ਇਕੱਠਾ ਅਤੇ ਉਹ ਪੈ ਗਿਆ ਕੋਈ ਇਕੱਠੇ ਹੋ ਜਾਓ ਕਿਸੇ ਨੂੰ ਤਕਲੀਫ ਆ ਤਾਂ ਇਕੱਠੇ ਹੋ ਜਾਓ ਕਿਸੇ ਮਦਦ ਤਾਂ ਮਦਦ ਕਰ ਦਿਓ ਜਾਂ ਜਿਸ ਤਰ੍ਹਾਂ ਔਰਤਾਂ ਜਾਂਦੀਆਂ ਸਾਡੇ ਪਿੰਡ ਦੀ ਅਗਰ ਪਿੰਡ ਦਾ ਕੋਈ ਨਾਨ ਮੁਸਲਿਮ ਵੀ ਹੈ ਨਾ ਉਹ ਪੂਰੇ ਹਿੰਦੁਸਤਾਨ ਪੂਰੀ ਦੁਨੀਆਂ ਤੱਕ ਉਹਨਾਂ ਦੇ ਪਿੰਡ ਦੀ ਨਾਂ ਹੁੰਦੀ ਸੀ ਪਿੰਡ ਦੀ ਧੀ ਹੁੰਦੀ ਸੀ ਬੜੀ ਗੱਲ ਉਹ ਕੰਸੈਪਟ ਨਹੀਂ ਸੀ ਕੋਈ ਜਿਹੜਾ ਅਸੀਂ ਸੁਣਦੇ ਹਾਂ ਕਿ ਸਿੱਖ ਆ ਜਾਂ ਹਿੰਦੂ ਆ ਜਾਓ ਇਹੀ ਅਹਿਸਾਸ ਆ ਜੀ ਇਸੇ ਅਹਿਸਾਸ ਦੀ ਗੱਲ ਸਾਂਝ ਸੀਗੀ ਕੋਈ ਐਸਾ ਗੱਲ ਨਹੀਂ ਸੀ ਪਿੰਡ ਦੀ ਧੀ ਪੂਰੇ ਪਿੰਡ ਦੀ ਧੀ ਭੈਣ ਹੁੰਦੀ ਸੀ ਬੜੀ ਗੱਲ ਹੈ ਸੁਣੀਆਂ ਹੋਣਗੀਆਂ ਆਪਣੇ ਬਜ਼ੁਰਗਾਂ ਕੋਲੋਂ ਆਪਣੇ ਇਲਾਕੇ ਦੇ ਬਾਰੇ ਉਹਦੇ ਮੁਹੱਲੇ ਵਕੂ ਉਹਦੀ ਮਤਲਬ ਜ਼ਰਈ ਨਿਜ਼ਾਮ ਕਿਸ ਤਰ੍ਹਾਂ ਦਾ ਸੀ ਕੀ ਕਰਦੇ ਸੀ ਕੰਮ ਕਿਹੜੀਆਂ ਜਿਣਸਾਂ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਨਾਲ ਦੇ ਇਲਾਕਿਆਂ ਦੇ ਨਾਮ ਤੁਸੀਂ ਜਾਣਦੇ ਹੋ ਉੱਧਰ ਇੰਡੀਆ ਦੇ ਜਾਂ ਇੱਧਰ ਦੇ ਨਹੀਂ ਉੱਧਰ ਇੰਡੀਆ ਦੇ ਉੱਧਰ ਬਸ ਅਸੀਂ ਚੁੱਕੇ ਹੈ ਅਸੀਂ ਵੀ ਹੁਣ ਬੁੱਢੇ ਹੋ ਗਏ ਅਤੇ ਅਸੀਂ ਇਹੀ ਗੱਲਾਂ ਸੁਣਦੇ ਆਪਣੇ ਬਜ਼ੁਰਗਾਂ ਕੋਲ ਬੁੱਢੇ ਹੋਏ ਹਾਂ ਇੱਥੇ ਅਤੇ ਨਾਲ ਦੇ ਪਿੰਡਾਂ ਦਾ ਜਿਹੜਾ ਸੁਣਿਆ ਕਿਉਂਕਿ ਮੈਂ ਇੰਡੀਆ ਵਿਜ਼ਿਟ ਵੀ ਕੀਤਾ ਬਾਅਦ ਜਾ ਕੇ ਜਾਣ ਦਾ ਸ਼ੌਕ ਤੁਸੀਂ ਗਏ ਹੋ ਇੰਡੀਆ ਵਿਜ਼ਿਟ ਕੀਤਾ ਜੀ ਹਾਂ ਜੀ ਮੈਂ ਇੰਡੀਆ 3 ਵਿਜ਼ਿਟ ਕੀਤੇ ਜਾ ਕੇ ਉੱਥੇ ਆਪਣੇ ਪਿੰਡ ਵੀ ਗਿਆ ਨਾਲ ਦੇ ਪਿੰਡਾਂ 'ਚ ਵੀ ਗਿਆ ਜਿਸ ਤਰ੍ਹਾਂ ਵਾਇਆ ਨਕੋਦਰ ਗਿਆ ਅਤੇ ਅੱਗੇ ਮਹਿਤਪੁਰ ਗਿਆ ਹਰੀਪੁਰ ਗਿਆ ਤੰਦਾਉਰੇ ਗਿਆ ਨੂਰਮਹਿਲ ਦੇ ਅੱਗੇ ਵੀ ਨੰਗਿਆ ਇਹਦਾ ਕਾਫੀ ਸਾਰੇ ਪਿੰਡ ਜਿਹੜੇ ਫਿਰ ਨਾਲ ਆਲੋਵਾਲ ਢੇਰੀਆਂ ਸਿਆਣੀਵਾਲ ਉੱਥੇ ਮੇਰੇ ਨਾਨਕੇ ਸੀ ਉੱਥੇ ਵੀ ਗਿਆ ਔਰ ਇਹ ਮੇਰਾ ਉੱਥੇ ਦਾ ਤੁਸੀਂ ਕਾਫੀ ਜਗ੍ਹਾ ਦੇ ਉੱਤੇ ਇੰਡੀਆ ਖੁਦ ਜਾ ਕੇ ਵਿਜ਼ਿਟ ਕੀਤਾ ਜੀ ਅਸੀਂ ਜਾਂ ਬਹੁਤ ਸਾਰੀ ਅਕਸਰੀਅਤ ਆਵਾਮ ਸਾਡੀ ਇਸ ਤਰ੍ਹਾਂ ਦੀ ਆ ਕਿ ਜਿਹੜੀ ਸਿਆਣਿਆਂ ਦੇ ਕੋਲੋਂ ਗੱਲਾਂ ਸੁਣਦੇ ਆ ਜੋ ਸਿਆਣਿਆਂ ਨੇ ਗੱਲ ਸੁਣਾਈ ਆ ਜੋ ਉਹਨਾਂ ਨੇ ਉੱਥੇ ਜਿਸ ਤਰੀਕੇ ਦਾ ਵੀ ਵਰਤੋਂ ਉਹਨਾਂ ਨੇ ਅਖਤਿਆਰ ਕੀਤੀ ਸੀਗੀ ਸਾਨੂੰ ਉਹੀ ਪਤਾ ਕਿਉਂਕਿ ਤੁਸੀਂ ਆਪਣੇ ਅੱਖੀਂ ਦੇਖ ਚੁੱਕੇ ਹੋ ਤੁਹਾਡੇ ਬਜ਼ੁਰਗਾਂ ਨੇ
ਤੁਹਾਨੂੰ ਜੋ ਗੱਲਾਂ ਸੁਣਾਈਆਂ ਸੀ ਜੀ ਜੀ, ਉਹ ਕਿੰਨੀਆਂ ਕੁ ਤੁਹਾਨੂੰ ਸੱਚੀਆਂ ਲੱਗੀਆਂ, ਤੁਸੀਂ ਖੁਦ ਜਾ ਕੇ ਵਿਜ਼ਿਟ ਕਰ ਸਕੇ, ਔਰ ਕਿੰਨਾ ਕੁ ਤੁਹਾਨੂੰ ਫਰਕ ਮਹਿਸੂਸ ਹੋਇਆ? ਬਸ ਅਸੀਂ ਜਿਹੜਾ ਉਹਨਾਂ ਕੋਲੋਂ ਸੁਣਿਆ ਸੀ ਉਹਦੇ ਸ਼ੌਕ ਦੀ ਵਜ੍ਹਾ ਤੋਂ ਮੈਂ ਉੱਥੇ ਗਿਆ ਸੀ। ਠੀਕ। ਅਤੇ ਜਿਸ ਤਰ੍ਹਾਂ ਇਹ ਛੱਡ ਕੇ ਆਏ ਹੋਣਗੇ ਉੱਥੇ ਥੋੜ੍ਹਾ ਮੋਡਰਨੇਟ ਮੋਡਰਨ ਜਿਹੜਾ ਸੀ ਉਹ, ਹਾਂਜੀ ਸਾਰੀ ਗੱਲ ਫਰਕ ਵੀ ਪੈ ਗਿਆ 70 ਸਾਲ ਹੋ ਗਏ। ਹਾਂਜੀ ਫਰਕ ਪੈ ਗਿਆ, ਲੇਕਿਨ ਉਹਨਾਂ ਨੇ ਇੱਕ ਤਾਂ ਮੈਨੂੰ ਰਿਸਪੋਂਸ ਉਹਦਾ ਬਹੁਤ ਅੱਛਾ ਦਿੱਤਾ। ਠੀਕ। ਔਰ ਪਾਕਿਸਤਾਨ ਦਾ ਤਾਂ ਮੈਂ ਨਾਂ ਨਹੀਂ ਸੀ ਲਿਆ ਕਿਉਂਕਿ ਉਹ ਇੰਡੀਅਨ ਪੰਜਾਬ ਸੀ, ਮੈਂ ਕਿਉਂਕਿ ਸੈਟਲ ਵੀ ਮਲੇਸ਼ੀਆ ਹੀ ਸੀ, ਮਲੇਸ਼ੀਆ 'ਤੇ ਵੀਜ਼ਾ ਰਿਹਾ ਸੀ, ਅਤੇ ਮੈਂ ਉੱਥੇ ਉਹਨਾਂ ਨੂੰ ਕਿਹਾ ਸੀ ਉਹੀ ਸੀ। ਜਿਹੜੀ ਮੈਂ ਖਾਸ ਗੱਲ ਨੋਟ ਕੀਤੀ, ਬਾਕੀ ਤੁਹਾਡੀਆਂ ਬੇਸ਼ੁਮਾਰ ਗੱਲਾਂ ਉੱਦਾਂ ਦੀਆਂ ਹੋਣਗੀਆਂ ਜਿੱਦਾਂ ਦੀਆਂ ਹਰ ਹੁੰਦੀਆਂ ਜੀ। ਉੱਥੇ ਜਿਹੜੇ ਜਿਹੜੇ ਸੀ ਚੂੜੇ ਚਮਾੜ ਜਿਹੜੇ ਸੀ ਉਹ ਉੱਥੇ ਹੀ ਸੀ, ਉਹ ਨੰਬਰਦਾਰ ਬਣੇ ਸੀ ਪਿੰਡ ਦੇ। ਠੀਕ। ਜਿਹੜੇ ਇੱਧਰੋਂ ਆਪਣੇ ਫੈਸਲਾਬਾਦ ਦੇ ਇਲਾਕੇ 'ਚੋਂ ਗਏ ਸੀ ਮੁਖਤਲਿਫ ਇਲਾਕਿਆਂ 'ਚੋਂ, ਠੀਕ, ਉਹ ਉੱਥੇ ਮੁਕਾਮੀ ਸੀ। ਮੈਂ ਜਿਸ ਉੱਥੇ ਗਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਡੀ, ਕਿਉਂਕਿ ਮੈਂ ਤਾਂ ਬਹੁਤ ਹਿਸਟਰੀ ਆਪਣੇ ਨਾਨੇ ਕੋਲੋਂ, ਨਾਨੀ ਕੋਲੋਂ, ਮਾਮੇ ਕੋਲੋਂ, ਦਾਦੇ ਕੋਲੋਂ ਇਹੀ ਸੁਣਦਾ ਸੀ, ਅਤੇ ਮੈਨੂੰ ਇਹ ਵੀ ਫਲਾਣਾ ਮਕਾਨ ਕਿੱਥੇ ਹੋਏਗਾ, ਮਸਜਿਦ ਕਿੱਥੇ ਹੋਏਗੀ, ਉੱਪਰ ਹੋਊਗੀ, ਥੱਲੇ ਹੋਊਗੀ। ਇਹ ਮੈਂ ਖਾਸ ਗੱਲ ਨੋਟ ਕੀਤੀ, ਉਹ ਨਾਂ ਸਾਡੇ ਵੱਜਦੇ ਸੀ ਉੱਥੇ ਵੀ ਬਾਬੇ ਗੌਸ ਕੀ ਜ਼ਮੀਨ ਹੈ, ਰਹਿਮੇ ਕੀ ਜ਼ਮੀਨ ਹੈ। ਮੈਂ ਕਿਹਾ ਯਾਰ ਤੁਸੀਂ ਸਾਡਾ ਨਾਂ ਕਿਉਂ ਇਸਤੇਮਾਲ ਕਰਦੇ ਹੋ, ਇਹ ਮੈਨੂੰ ਸਮਝ ਨਹੀਂ ਆਈ। ਉਹ ਕਹਿੰਦਾ ਜਿਹੜੇ ਮਕਾਮੀ ਲੋਕ ਹੈ ਇੱਥੇ ਦੇ ਉਹ ਕਹਿੰਦੇ ਆ ਕਿ ਤੁਸੀਂ ਤਾਂ ਮਹਾਜਰੋਂ ਕਿਤੋਂ ਉੱਜੜ ਕੇ ਆ ਗਏ ਹੋ, ਠੀਕ, ਇਹ ਉਹਨਾਂ ਦੀ ਜ਼ਮੀਨ ਆ, ਉਹਨਾਂ ਨੇ ਕਦੀ ਨਾ ਕਦੀ ਵਾਪਸ ਆ ਜਾਣਾ ਅਤੇ ਅਸੀਂ ਨਾ ਤਾਂ ਤੁਹਾਡਾ ਕੰਮ ਕਰਨਾ ਅਤੇ ਨਾ ਤੁਹਾਨੂੰ ਇਹਨਾਂ ਜਗ੍ਹਾ ਦਾ ਨਾਂ ਬਦਲ ਲੈਣਾ। ਠੀਕ। ਇਹ ਮੈਨੂੰ ਉੱਥੇ ਗੱਲ ਅਜੀਬ ਜਿਹੀ ਲੱਗੀ ਸੀ, ਬਾਕੀ ਤੁਹਾਨੂੰ ਮਾਡਰਨ ਵੈਸੇ ਤਾਂ ਅਗਰ ਸੋਚਿਆ ਜਾਵੇ ਤਾਂ ਮੈਨੂੰ, ਮੇਰਾ ਖਿਆਲ ਤੁਹਾਨੂੰ ਅੰਦਰੋਂ ਇੱਕ ਖੁਸ਼ੀ ਵੀ ਫੀਲ ਹੋਈ ਹੋਣੀ ਹੈ ਕਿ ਅੱਜ ਵੀ ਸਾਡੇ ਮਤਲਬ ਬਜ਼ੁਰਗਾਂ ਦੇ ਨਾਵਾਂ ਤੋਂ ਜ਼ਮੀਨ, ਔਰ ਇੱਧਰ ਵੀ ਇਸੇ ਤਰ੍ਹਾਂ ਹੀ ਹੈ ਜੀ। ਜੀ। ਸਾਡੇ ਵੀ ਬੇਸ਼ਤਰ ਇਲਾਕਿਆਂ ਦੇ ਵਿੱਚ ਬਹੁਤ ਸਾਰੇ, ਜਿਵੇਂ ਸਾਡਾ ਹੁਣ ਡਿਸਟ੍ਰਿਕਟ ਆ ਟੋਬਾ ਟੇਕ ਸਿੰਘ, ਸਰਕਾਰੀ ਤੌਰ ਦੇ ਉੱਤੇ ਅੱਜ ਤੱਕ ਵੀ ਉਹਨੂੰ ਨਹੀਂ ਬਦਲਿਆ ਗਿਆ ਕਦੀ ਵੀ, ਹਾਲਾਂਕਿ ਬੜੀ ਵਾਰੀ ਕੋਸ਼ਿਸ਼ ਵੀ ਕੀਤੀ ਹੈ ਕਈ ਵਾਰੀ, ਪਰ ਨਹੀਂ, ਕਿਉਂਕਿ ਜਿਹੜਾ ਟੇਕ ਸਿੰਘ ਸੀ ਉਹਦੀ ਖਿਦਮਾਤ ਬਹੁਤ ਸਨ। ਇਸੇ ਤਰ੍ਹਾਂ ਉੱਧਰ ਵੀ ਚੋਂਕਿ ਬਹੁਤ ਸਾਰੇ ਮੁਕਾਮੀ ਆਬਾਦੀ ਦੇ ਨਾਂ ਨਹੀਂ ਬਦਲ ਦਿੱਤੇ। ਹਾਂਜੀ, ਇਹ ਬੜੀ ਗੱਲ ਹੈ। ਔਰ ਦੂਸਰੀ, ਤੁਸੀਂ ਉੱਥੇ ਦੀਆਂ ਆਬਾਦਤ ਗਾਵਾਂ ਨੂੰ ਕਿਵੇਂ ਦਾ ਪਾਇਆ, ਖਾਸ ਤੌਰ 'ਤੇ ਕਿਉਂਕਿ ਮੁਸਲਮਾਨ ਉੱਥੇ ਅਕਲੀਅਤ ਦੇ ਵਿੱਚ ਆ। ਜੀ। ਹੁਣ ਮੈਂ ਤਾਂ ਤੁਹਾਡੇ ਕੋਲ ਸਾਰੇ ਸਵਾਲ ਪੁੱਛਾਂਗਾ ਜੀ। ਹਾਂ ਜੀ। ਨਹੀਂ, ਮੈਨੂੰ ਦੱਸੋ ਜ਼ਰਾ, ਆਬਾਦਤ ਗਾਵਾਂ ਕਿਉਂਕਿ ਅਸੀਂ ਇੱਥੇ ਤਾਂ ਸਾਡਾ ਬੈਕਵਰਡ ਇਲਾਕਾ ਹੈ ਜਨੂਬੀ ਪੰਜਾਬ ਦਾ, ਮੈਨੂੰ ਇੱਥੇ ਤਾਂ ਤਜਰਬਾ ਸੀ ਨਾ, ਅਸੀਂ ਛੋਟੇ ਹੁੰਦੇ ਸੀ ਇੱਥੇ ਮੰਦਰ ਸੀ, ਤੁਹਾਨੂੰ ਵੀ ਬਤਾਉਣਾ, ਫਿਰ ਉਹ 10-20 ਸਾਲ ਗੈਰ ਆਬਾਦ ਰਿਹਾ, ਫਿਰ ਉਹ ਅਲਾਟ ਹੋ ਗਿਆ। ਠੀਕ। ਮੈਂ ਜਿਸ ਵੇਲੇ ਉੱਥੇ ਗਿਆ ਉੱਥੇ ਜਿਹੜੀ ਮੇਰੇ ਵਾਲਦਾਂ ਨੇ ਮਾਲੂਮਾਤ ਦਿੱਤੀ ਸੀ ਕਿ ਉੱਥੇ ਇੱਕ ਮਸਜਿਦ ਸਾਡੀ ਉੱਤੇ ਸੀ, ਉਹ ਬਹੁਤ ਵੱਡੀ ਮਸਜਿਦ ਸੀ, ਔਰ ਮੈਂ ਤਹਿਕੀਕ ਕੀਤੀ ਉਹ ਸਾਡੇ ਦਾਦੇ ਦੇ ਨੂੰ ਵੀ ਸੀ ਪਤਾ ਕਿ ਕਦੋਂ ਦੀ ਬਣੀ ਹੋਈ ਸੀ। ਠੀਕ। ਯਾਨੀ ਕਾਫੀ ਕਦੀਮ। ਜੀ ਹਾਂ ਜੀ ਹਾਂ ਜੀ। ਇੱਕ ਸਾਰਾ ਥੱਲੇ ਘਰ ਸੀ ਉੱਥੇ ਮਸਜਿਦ ਸੀ, ਜਿਸ ਵੇਲੇ ਮੈਂ ਉੱਥੇ ਪਿੰਡ 'ਤੇ ਗਿਆ ਅਤੇ ਉਹਨਾਂ ਲੋਕਾਂ ਨੂੰ ਮਿਲਿਆ, ਬੜੇ ਅੱਛੇ ਤਰੀਕੇ ਨਾਲ ਮਿਲੇ ਉਹ, ਔਰ ਜਿਹੜਾ ਸਾਡਾ ਘਰ ਸੀ ਇਤਫਾਕ ਨਾਲ ਮੈਨੂੰ ਉਹ ਲੈ ਕੇ ਵੀ ਉਸੇ ਘਰ 'ਚ ਹੀ ਗਏ, ਲੇਕਿਨ ਉਹ ਘਰ 'ਚ ਨਹੀਂ ਸੀ, ਲੇਕਿਨ ਸਾਡੇ ਘਰ ਦੇ ਨਾਲ ਮਸੀਹ ਸੀ ਉਹਦੀ ਇੱਕ ਅੱਧੀ ਦੀਵਾਰ ਖੜੀ ਸੀ, ਲੇਕਿਨ ਜਿਹੜੀ ਮਸਜਿਦ ਸੀਗੀ ਉੱਪਰ ਉੱਥੇ ਮੈਨੂੰ ਲੈ ਗਏ, ਔਰ ਉਹਨਾਂ ਨੇ ਕਿਹਾ ਜੀ ਚਲੋ ਤੁਹਾਨੂੰ ਤੁਹਾਡੀ ਉਹ ਮਸਜਿਦ ਦਿਖਾਈ ਜਾਏ ਤੁਸੀਂ ਸਾਨੂੰ ਪੁੱਛ ਰਹੇ ਹੋ, ਇਹ ਜਿੱਦਾਂ ਦੀ ਤੁਸੀਂ ਛੱਡ ਕੇ ਗਏ ਸੀ ਇਹ ਸੇਮ 100% ਉੱਦਾਂ ਦੀ ਖੜੀ ਹੈ। ਬੜੀ ਗੱਲ। ਜਿੰਨਾ ਤੁਸੀਂ ਇਹਤਰਾਮ ਕਰਦੇ ਹੋ ਓਨਾ ਹੀ ਅਸੀਂ ਇਹ ਇਹਤਰਾਮ ਕਰਦੇ ਹਾਂ ਇਸ ਮਸਜਿਦ ਦਾ, ਅਤੇ ਜਿੱਦਾਂ ਤੁਸੀਂ ਇੱਥੇ ਮੱਥਾ ਟੇਕਦੇ ਸੀ ਉੱਦਾਂ ਹੀ ਅਸੀਂ ਮੱਥਾ ਟੇਕਦੇ ਹਾਂ। ਕਿਆ ਬਾਤ ਹੈ। ਠੀਕ। ਮੈਨੂੰ ਕੋਈ ਗੱਲ ਸਮਝ ਨਾ ਆਈ ਕਿ ਉੱਥੇ ਜਿਸ ਵੇਲੇ ਗਿਆ ਤਾਂ ਉਹ ਉਹਨਾਂ ਨੇ ਬਣਾਇਆ ਸੀ ਗੁਰਦੁਆਰਾ, ਮਸਜਿਦ ਬਹੁਤ ਅੱਛੀ ਹਾਲਤ ਸੀ, ਉਹਨਾਂ ਨੇ ਜਿਸ ਤਰ੍ਹਾਂ ਦੀ ਮੈਂ ਸੁਣਦਾ ਰਿਹਾ ਸੀ ਆਪਣੇ ਬਜ਼ੁਰਗਾਂ ਕੋਲੋਂ ਉਸੇ ਤਰੀਕੇ ਦੀ ਮਸਜਿਦ ਸੀ, ਪਤਾ ਨਹੀਂ ਕਦੋਂ ਦੀ ਬਣੀ ਹੋਏਗੀ, ਪੱਕੀ ਬੜੀ ਖੂਬਸੂਰਤ ਮਸਜਿਦ ਸੀ, ਔਰ ਉਹ ਖਿੜਕੀਆਂ ਵੀ ਉੱਥੇ ਹੋਈ, ਪੁਰਾਣੇ ਜ਼ਮਾਨੇ ਦੀਆਂ ਦਰਵਾਜ਼ੇ ਵੀ ਸੀ, ਜਿਹੜੀ ਖੂਹੀ ਸੀ ਉਹ ਬੰਦ ਹੋ ਗਈ ਸੀ, ਨਲਕਾ ਉਹਨਾਂ ਨੇ ਲਾ ਲਿਆ ਸੀ, ਅਤੇ ਉੱਥੇ ਉਹਨਾਂ ਨੇ ਬਣਾਇਆ ਸੀ ਗੁਰਦੁਆਰਾ। ਅੱਛਾ। ਇਬਾਦਤ ਗਾਹ ਦੀ ਜਗ੍ਹਾ ਉਹਨਾਂ ਨੇ ਇਬਾਦਤ ਗਾਹ ਦੀ ਜਗ੍ਹਾ ਉਹਨਾਂ ਨੇ ਇਬਾਦਤ ਗਾਹ ਹੀ ਬਣਾਈਆਂ ਨੇ। ਅਕਸਰੀਅਤ ਵੀ ਇਸ ਤਰ੍ਹਾਂ ਵੀ ਹੋ ਜਾਂਦਾ ਜੀ, ਮਸਜਿਦ ਬਣੀ ਹੈ ਇਲਾਕੇ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਇੱਕ ਵੀ ਮੁਸਲਮਾਨ ਨਹੀਂ ਹੈ ਜੋ ਹਕੂਮਤੀ ਤੌਰ ਦੇ ਉੱਤੇ ਵੀ ਉਹਨੂੰ ਜਿਹੜੀ ਹੈ ਇਜਾਜ਼ਤ ਮਿਲ ਜਾਂਦੀ ਉਹਨਾਂ ਨੂੰ ਦੂਸਰੀ ਇਬਾਦਤ ਗਾਹ ਕਨਵਰਟ ਕਰਨ ਵਾਸਤੇ। ਅੱਛਾ ਸਰ, ਤੁਸੀਂ ਬੇਸ਼ਤਰ ਇਲਾਕੇ ਦੇਖ ਕੇ ਆ ਚੁੱਕੇ ਹੋ, ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਧਰ ਲੈ ਕੇ ਆਵਾਂਗਾ ਆਪਣੇ ਜਨੂਬੀ ਪੰਜਾਬ ਵੱਲ, ਕਿ ਉੱਧਰ ਜੋ ਕਿ ਤੁਸੀਂ ਦੇਖਿਆ ਔਰ ਅਸੀਂ ਸਾਰੇ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਹਾਂ ਕਿ ਜੀ ਸਾਡੀ ਰਹਿਤ ਬਹਿਤ, ਸਾਡੀ ਬੋਲੀ, ਸਾਡੀ ਗੱਲਬਾਤ, ਸਾਡਾ ਲੈਣ ਦੇਣ, ਸਾਡਾ ਵਿਹਾਰ, ਹਰ ਚੀਜ਼ ਇੱਕੋ ਜਿਹੀ ਆ, ਤੁਹਾਨੂੰ ਕਿੰਨਾ ਕੁ ਲੱਗਿਆ ਕਿ ਕਿੰਨੀ ਕੁ ਇੱਕੋ ਜਿਹੀ ਹੈ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਬਸ ਇਹਦੇ ਗੱਲ 'ਚ ਬਹੁਤ ਜ਼ਿਆਦਾ ਸੱਚਾਈ ਹੈ ਕਿ ਜੋ ਮਤਲਬ ਹੈ ਕਿ ਮੈਂ ਖਾਸ ਕੋਈ ਫਰਕ ਨਹੀਂ ਸਮਝਿਆ,
ਰਸਮ ਰਿਵਾਜ ਬੋਲੀ ਦੇ ਵਿੱਚ ਜਿਹੜੇ ਪੰਜਾਬੀ ਉੱਧਰ ਹਿੰਦੂ ਹੈ ਜਾਂ ਪੰਜਾਬੀ ਸਾਡੇ ਇੱਧਰ ਮੁਸਲਮਾਨ ਆ ਹਾਂਜੀ ਜਾਂ ਜਿਹੜੇ ਉੱਧਰ ਪੰਜਾਬੀ ਸਿੱਖ ਭਾਈ ਆ ਉਹਨਾਂ ਦਾ ਇੱਕੋ ਹੀ ਮਾਹੌਲ ਹੈ ਇੱਕੋ ਹੀ ਰਿਵਾਜ ਹੈ ਇੱਕੋ ਹੀ ਤਰ੍ਹਾਂ ਉਹ ਸੋਚਦੇ ਆ ਛੋਟੀਆਂ ਗੱਲਾਂ ਤੋਂ ਲੈ ਕੇ ਵੱਡੀਆਂ ਗੱਲਾਂ ਤੱਕ ਸਹੀ ਕੋਈ ਖਾਸ ਫਰਕ ਨਹੀਂ ਹੈ ਉਹਨਾਂ ਦੀ ਪਿਛਲੇ ਮੈਂ ਚੁੱਕੇ ਉੱਥੇ ਪਹਿਲੇ 5-6 86 'ਚ ਗਿਆ ਸੀ ਉਹ ਸਾਡੇ ਤੋਂ ਬਹੁਤ ਜ਼ਿਆਦਾ ਪਿੱਛੇ ਲੋਕ ਸੀ ਲੇਕਿਨ ਉਹਨਾਂ ਨੇ ਬਹੁਤ ਜ਼ਿਆਦਾ ਮਾਸ਼ੀ ਤਰੱਕੀ ਕੀਤੀ ਹੈ ਇਹਨੇ 30 ਸਾਲਾਂ ਦੇ ਵਿੱਚ ਬਾਕੀ ਸਾਡਾ ਰਸਮ ਰਿਵਾਜ ਵੀ ਉਹੀ ਹੈ ਜਿੱਦਾਂ ਅਸੀਂ ਔਰਤਾਂ ਨੂੰ ਆਪਣੀ ਲੜਕੀਆਂ ਨੂੰ ਪਰਦੇ 'ਚ ਲੁਕੋ ਕੇ ਰੱਖਦੇ ਉਹ ਕੋਸ਼ਿਸ਼ ਉਹਨਾਂ ਦੀ ਵੀ ਇਹੀ ਹੁੰਦੀ ਹੈ ਨਾ ਇਹ ਬਾਹਰ ਜਾਣ ਨਾ ਕਿਸੇ ਨਾਲ ਗੱਲ ਕਰਨ ਜਿਸ ਤਰ੍ਹਾਂ ਅਸੀਂ ਇੰਤਜ਼ਾਰ ਕਰਦੇ ਹਾਂ ਬੱਚੀਆਂ ਸਕੂਲੋਂ ਆਈਆਂ ਕਿ ਨਹੀਂ ਆਈਆਂ ਇੱਦਾਂ ਹੀ ਉਹ ਲੋਕ ਕਰਦੇ ਆ ਸਾਨੂੰ ਇੱਥੇ ਇੱਦਾਂ ਲੱਗਦਾ ਸੀ ਨਾ ਜੀ ਉਹਨਾਂ 'ਤੇ ਆਜ਼ਾਦ ਹੈ ਨਹੀਂ ਨਹੀਂ ਐਸੀ ਉਹ ਗੱਲ ਨਹੀਂ ਉਹਨਾਂ ਨੇ ਸਾਡੇ 'ਤੇ ਤਾਂ ਵੈਸੇ ਪਰਦਾ ਔਰਤ ਦਾ ਮਤਲਬ ਬਿਹਤਰ ਸਮਝਿਆ ਗਿਆ ਹਾਂਜੀ ਲੇਕਿਨ ਉਹਨਾਂ ਦਾ ਵੀ ਇਹੀ ਮਾਹੌਲ ਹੈ ਹਾਂਜੀ ਬਿਲਕੁਲ ਇਹ ਤਾਂ ਉਹਨਾਂ ਦਾ ਮਾਸ਼ਰਤੀ ਮਾਹੌਲ ਵੀ ਉਹਨਾਂ ਦਾ ਇਹੀ ਹੈ ਜਿਹੜਾ ਉਹਨਾਂ ਦਾ ਜ਼ਿਮੀਦਾਰੇ ਦਾ ਲੇਬਰ ਦਾ ਸੀ ਉਹ ਐਗਜੈਕਟਲੀ ਸਾਡੇ ਅਸੀਂ ਉੱਧਰੋਂ ਆਏ ਹਾਂ ਉਹ ਉੱਧਰ ਸੀ ਅਤੇ ਕੁਛ ਉੱਧਰੋਂ ਪਹਿਲੇ ਅੰਗਰੇਜ਼ਾਂ ਦੇ ਜਦੋਂ ਉਹਨਾਂ ਨੇ ਬਣਾਏ ਹੋਣਗੇ ਬੈਰਾਜ ਵਗੈਰਾ ਬਹੁਤ ਸਾਰੀ ਆਬਾਦੀ ਇੱਧਰ ਆਈ ਫਿਰ ਉੱਧਰ ਚਲੇ ਗਈ ਇੱਕੋ ਹੀ ਮਾਹੌਲ ਆ ਇੱਕੋ ਹੀ ਵੇ ਆਫ ਲਾਈਫ ਹੈ ਇੱਕੋ ਹੀ ਸੋਚ ਹੈ ਸਿਰਫ ਮਜ਼ਹਬ ਦਾ ਫਰਕ ਹੈ ਬਸ ਥੋੜ੍ਹਾ ਜਿਹਾ ਕਿ ਉੱਧਰ ਗੁਰਮੁਖੀ ਪੜ੍ਹਦੇ ਅਸੀਂ ਸ਼ਾਹਮੁਖੀ ਪੜ੍ਹਦੇ ਹਾਂ ਗੱਲ ਫਿਰ ਉੱਥੇ ਹੀ ਆ ਜਾਂਦੀ ਘੁੰਮ ਘੁੰਮਾ ਕੇ ਅਸਲ ਲੈਂਗੁਏਜ ਤਾਂ ਉਹਨਾਂ ਨੇ ਸੰਭਾਲੀ ਨਾ ਪੰਜਾਬੀ ਗੁਰਮੁਖੀ ਜਿਹੜੀ ਉਹ ਪੜ੍ਹਦੇ ਆ ਸਾਡੀ ਤਾਂ ਅਸੀਂ ਤਾਂ ਰਸਮ ਖਾਸ ਸਾਡਾ ਚੁੱਕੇ ਇਹ ਹੈ ਨਸਤਾਲਿਕ ਹੈ ਸਾਡਾ ਰਸਮ ਪੰਜਾਬੀ ਨੂੰ ਸਾਡੇ ਇੱਥੇ ਕੋਈ ਸਰਕਾਰੀ ਉਹਦੀ ਹੈਸੀਅਤ ਨਹੀਂ ਹੈ ਸਾਡਾ ਲਿਟਰੇਚਰ ਆ ਉਹ ਵੀ ਅਸੀਂ ਇਹ ਜੀ ਫਾਰਸੀ ਰਸਮ ਖਤ ਅਰਬੀ ਰਸਮ ਖਤ ਅਸੀਂ ਉਹਦੇ 'ਚ ਹੀ ਲਿਖਦੇ ਹਾਂ ਲੇਕਿਨ ਉਹਨਾਂ ਨੇ ਆਪਣੀ ਬੜੀ ਪ੍ਰੋਗਰੈਸ ਕੀਤੀ ਹੈ ਦੂਜੀ ਮੈਂ ਦੁਨੀਆ ਸਾਰੇ 'ਚ ਘੁੰਮਦਾ ਮੈਂ ਖਾਸ ਫਰਕ ਹੈ ਮਹਿਸੂਸ ਕੀਤਾ ਸਾਡੇ ਪਾਕਿਸਤਾਨ 'ਚ ਜਿਹੜੇ ਪੰਜਾਬੀ ਮੁਸਲਮਾਨ ਆ ਨਾ ਉਹ ਕੋਸ਼ਿਸ਼ ਕਰਦੇ ਆ ਘਰ 'ਚ ਉਰਦੂ ਜਾਂ ਹਿੰਦੀ ਤਰ੍ਹਾਂ ਬੋਲੀ ਜਾਵੇ ਹਾਂਜੀ ਲੇਕਿਨ ਉਹ ਜਿਹੜੇ ਸਾਡੇ ਸਿੱਖ ਭਰਾ ਹੈਗੇ ਆ ਉਹਨਾਂ ਦੀ 101% ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਹੀ ਬੋਲੀ ਜਾਵੇ ਪੰਜਾਬੀ ਹੀ ਬੋਲੀ ਜਾਵੇ ਇਹ ਸਾਡੇ ਇੱਥੇ ਰਿਵਾਜ ਹੈ ਕਿ ਅਸੀਂ ਜਨਾਬ ਘਰ 'ਚ ਉਰਦੂ ਬੋਲੋ ਜਿਹੜੇ ਬਹੁਤ ਐਜੂਕੇਟਡ ਹੋ ਗਏ ਉਹ ਇੰਗਲਿਸ਼ ਬੋਲੋ ਜਿਹੜਾ ਮੇਰਾ ਐਕਸਪੀਰੀਅੰਸ ਹੈ ਸਾਡੇ ਘਰਾਂ ਦਾ ਇਹੀ ਮਾਹੌਲ ਲੇਕਿਨ ਉਹਨਾਂ ਦਾ ਨਹੀਂ ਹੈ ਕਥੀ ਤੌਰ 'ਤੇ ਨਹੀਂ ਹੈ ਬਾਈ ਉਹ ਲੈ ਗਏ ਜੀ ਪ੍ਰਾਇਰਟੀ ਦਿੰਦੇ ਹੈ ਮੈਂ ਪਾਕਿਸਤਾਨ ਸਵਾਇ ਪੰਜਾਬੀ ਗਾਉਣ ਤੋਂ ਸਿੰਧੀ ਕੋਸ਼ਿਸ਼ ਹੁੰਦੀ ਘਰ ਸਿੰਧੀ ਬੋਲੋ ਪਠਾਨ ਪਠਾਣੀ ਬੋਲਦੇ ਆ ਬਲੋਚ ਬਲੋਚੀ ਬੋਲਦੇ ਜੀ ਪੰਜਾਬੀ ਥੋੜ੍ਹਾ ਜਿਹਾ ਬਿਹਤਰ ਹੋ ਜਾਣਗੇ ਤਾਂ ਉਰਦੂ ਬੋਲਣਾ ਸ਼ੁਰੂ ਕਰ ਦੇਣਗੇ ਜਿਵੇਂ ਹਿੰਦੀ ਤੁਸੀਂ ਕਹਿੰਦੇ ਔਰ ਬਾਕੀ ਅੰਗਰੇਜ਼ੀ ਚਲੇ ਜਾਣਗੇ ਹਾਈ ਜੈਂਟਰੀ ਅੰਗਰੇਜ਼ੀ ਚਲੇ ਹਾਈ ਜੈਂਟਰੀ ਦੇ ਵਿੱਚ ਜਿਹੜੀ ਆਸਤਾ ਆਸਤਾ ਇਹਨਾਂ ਚੀਜ਼ਾਂ ਦਾ ਫਰਕ ਪਈ ਜਾਂਦਾ ਔਰ ਜਿਵੇਂ ਪਹਿਲੀਆਂ ਗੱਲਾਂ ਮਸ਼ਹੂਰ ਆ ਕਿ ਜੀ ਜੈਸ ਦਿਲ ਦੇ ਵਿੱਚ ਅਹਿਸਾਸ ਨਹੀਂ ਉਹ ਬੰਦਾ ਹੀ ਨਹੀਂ ਮਤਲਬ ਬੜੀਆਂ ਹੁਣ ਅਹਿਸਾਸ ਦੀ ਜੋ ਕਿ ਕਿੰਨੀ ਜ਼ਿਆਦਾ ਕਮੀ ਆ ਚੁੱਕੀ ਆ ਤੁਸੀਂ ਵੀ ਮਾਸ਼ਾਅੱਲਾ ਤੁਹਾਡੀ ਇੱਕ ਉਮਰ ਦਾ ਇੱਕ ਤਜਰਬਾ ਰਿਹਾ ਐਕਸਪੀਰੀਅੰਸ ਰਿਹਾ ਪਹਿਲੇ ਅਹਿਸਾਸਾਤ ਜੋ ਤੁਹਾਡੇ ਵਾਲਦਿਆਂ ਦੱਸਦੇ ਸੀਗੇ ਕਿ ਜੀ ਬੰਦਿਆਂ ਦੇ ਵਿੱਚ ਇਹ ਅਹਿਸਾਸਾਤ ਪਾਏ ਜਾਂਦੇ ਨੇ ਅੱਜ ਉਸ ਅਹਿਸਾਸ ਦੀ ਸ਼ਿੱਦਤ ਕਿਤੇ ਘੱਟ ਗਈ ਹੈ ਜਾਂ ਬਿਲਕੁਲ ਨਾਪੈਦ ਹੋ ਗਈ ਹੈ ਜਾਂ ਖਤਮ ਹੋ ਗਈ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਵਾ ਦੇਖੋ ਜੀ ਵੈਲਿਊਸ ਚੇਂਜ ਹੋ ਗਈ ਹੈ ਨਾ ਜੀ ਉਹ ਅਸੀਂ ਉਹ ਅਹਿਸਾਸ ਉਹ ਦਰਦ ਅਸੀਂ ਉਹਨੂੰ ਅਫੋਰਡ ਨਹੀਂ ਕਰ ਸਕਦੇ ਨਾ ਸਾਡੇ ਕੋਲ ਟਾਈਮ ਹੈ ਨਾ ਸਾਨੂੰ ਇਹ ਸੂਟ ਕਰਦਾ ਮੀਡੀਆ ਦਾ ਜ਼ਮਾਨਾ ਜਿਹੜਾ ਮੈਂ ਦੁਨੀਆ ਦੇਖਦਾ ਨਾ ਅਸੀਂ ਬਾਕੀ ਅੰਗਰੇਜ਼ ਹੈ ਯੂਰਪ ਹੈ ਅਮੈਰੀਕਾ ਉਹ ਸਾਡੇ ਤੋਂ 50-100 ਸਾਲ ਲੱਗੇ ਆ ਅਸੀਂ ਵੀ ਉੱਥੇ ਹੀ ਜਾਣਾ ਇਹ ਉੱਥੇ ਵੀ ਇਹੀ ਸੂਰਤ ਹਾਲ ਹੈ ਜਿੱਦਾਂ ਅਸੀਂ ਇਕੱਠੇ ਰਹਿੰਦੇ ਹਾਂ ਅਗਰ ਤੁਸੀਂ ਹਿਸਟਰੀ ਪੜ੍ਹ ਚੁੱਕੇ ਮੈਂ ਹਿਸਟਰੀ ਦਾ ਸਟੂਡੈਂਟ ਰਿਹਾ ਉਹ 'ਚ ਔਨਰਸ ਕੀਤਾ ਉਹਨਾਂ ਦੀ ਇਹੀ ਸੁਸਾਇਟੀ ਸੀ ਇਹ ਹਿਊਮਨ ਸੁਸਾਇਟੀ ਇੱਕੋ ਹੀ ਹੈ ਉਹ ਜਿਸ ਜਿਸ ਤਰ੍ਹਾਂ ਹੁਣ ਤਰੱਕੀ ਕਰਦੇ ਗਏ ਟਾਈਮ ਦੀ ਕਮੀ ਔਰ ਇੰਟਰਸਟ ਸਭ ਬਦਲਦੇ ਗਏ ਉਹ ਇਸੇ ਤਰ੍ਹਾਂ ਹੀ ਹੈ ਇੰਡੀਆ 'ਚ ਚੁੱਕੇ ਉੱਥੇ ਇਕਾਨਮੀ ਮਜ਼ਬੂਤ ਆ ਉੱਥੇ ਇਸ ਤੋਂ ਵੀ ਜ਼ਿਆਦਾ ਬੇਸੀ ਹੈ ਕਿਉਂਕਿ ਮੈਂ ਹੁਣ ਹਾਲੇ ਵੀ ਹੋ ਕੇ ਆਇਆ ਉੱਥੋਂ ਔਰ ਮੈਂ ਅਕਸਰ ਜਾਂਦਾ ਬਿਜ਼ਨਸ ਟੂਰ 'ਤੇ ਉੱਥੇ ਜਾਂਦਾ ਰਹਿੰਦਾ ਉੱਥੇ ਇਹ ਪੂਰੇ ਦੁਨੀਆ ਦਾ ਮਸਲਾ ਹੈ ਇਹ ਸਾਡਾ ਮਸਲਾ ਨਹੀਂ ਹੈ ਇਹ ਪੂਰੀ ਦੁਨੀਆ ਦਾ ਮਸਲਾ ਉਹ ਵਾਪਸ ਨਹੀਂ ਆ ਸਕਦਾ ਸਹੀ ਬਾਤ ਹੈ ਸਾਡੇ ਚੁੱਕੇ ਅਹਿਸਾਸ ਦਾ ਜਜ਼ਬਾ ਅੱਲਾਹ ਤਾਲਾ ਨੇ ਪਾਇਆ ਕਿਤੇ ਸਾਡਾ ਅਹਿਸਾਸ ਇਸ ਲੋਕਾਂ ਦਾ ਕਰਦੇ ਹਾਂ ਲੇਕਿਨ ਆਂਢ ਗੁਆਂਢ ਦਾ ਨਹੀਂ ਕਰਾਂਗਾ ਸਾਡੇ ਦੋਸਤ ਹੋਣਗੇ ਅਸੀਂ ਉਹਨਾਂ ਨਾਲ ਕਰਾਂਗੇ ਉਹਨਾਂ ਰਿਸ਼ਤੇਦਾਰਾਂ ਨਾਲ ਕਰਾਂਗੇ ਆਪਣੇ ਕਲਾਸ ਫੈਲੋ ਨਾਲ ਕਰਾਂਗੇ ਕਰਦੇ ਸੀ ਜ਼ਰੂਰ ਹਾਂ ਲੇਕਿਨ ਹੁਣ ਇਹ ਮਹੱਲੇ ਵਾਲੀ ਗੱਲ ਉਹ ਤਾਲਾ ਖਤਮ ਹੋ ਅਹਿਸਾਸ ਦੇ ਵਿੱਚ ਜਿਹੜੀ ਸ਼ਿੱਦਤ ਆ ਉਹ ਬਹੁਤ ਕਮ ਹੋ ਚੁੱਕੀ ਬਿਲਕੁਲ ਸਹੀ ਔਰ ਇਹਦੀ ਵਜ੍ਹਾ ਕੁਛ ਟਾਈਮ ਦਾ ਨਾ ਹੋਣਾ ਜਾਂ ਆਪਣੇ ਸਿਆਣੇ ਦੇ ਕੋਲ ਨਾ ਬੈਠਣਾ ਜਾਂ ਮਤਲਬ ਪੁਰਾਣੀਆਂ ਗੱਲਾਂ ਜਿਵੇਂ ਬਾਬਾ ਜੀ ਫਰਮਾਉਂਦੇ ਨੇ ਕਿ ਜਿਸ ਦਿਲ ਦੇ ਵਿੱਚ ਦਰਦ ਨਾ ਕੋਈ ਫਰਮਾਉਂਦੇ ਨੇ ਕਿ ਜਿਸ ਦਿਲ ਦੇ ਵਿੱਚ ਦਰਦ ਨਾ ਕੋਈ ਕੁੱਤੇ ਉਸ ਤੋਂ ਚੰਗੇ ਮਾਲਕ ਦੀ ਭਈ ਰਾਖੀ ਕਰਦੇ ਸਾਵਰ ਭੁੱਖੇ ਨੰਗੇ ਫਰੀਦਾ ਐਸਾ ਹੋਰੋ ਜੈਸਾ ਕੱਖ ਵਸੀਤ ਤੂੰ ਸੁੱਤਾ ਉਹ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ ਇਹ ਸਾਰੀਆਂ ਗੱਲਾਂ ਇਹ ਬੜੇ ਬੜੇ ਸੋਮੇ ਬੜੇ ਬੜੇ ਚਸ਼ਮੇ ਔਰ ਬੜੀਆਂ ਬੜੀਆਂ ਜ਼ਿਆਫਤਾਂ ਪੈਦਾ ਕੀਤੀਆਂ ਸਾਡੇ ਬਜ਼ੁਰਗਾਂ ਨੇ ਸ਼ਾਇਰਾਂ ਨੇ ਗੱਲ ਹੁਣ ਸਰ ਲੰਬੀ ਨਾ ਹੋ ਜਾਵੇ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਉੱਧਰ ਵੀ ਸਾਡੇ ਜਿਹੜੇ ਬਾਬਾ ਜੀ ਜਿਹੜੇ ਬੁੱਲੇ ਸ਼ਾਹ ਜਾਂ
ਗੁਲਾਮ ਫਰੀਦ, ਵਾਰਿਸ ਸ਼ਾਹ, ਉਹਨਾਂ ਨੂੰ ਇਸੇ ਮੁਹੱਬਤ ਦੇ ਨਾਲ, ਜਜ਼ਬੇ ਦੇ ਨਾਲ ਪੜ੍ਹਿਆ ਜਾਂਦਾ, ਸੁਣਿਆ ਜਾਂਦਾ? ਨਹੀਂ, ਕੋਈ ਘਰ ਦੀ ਮੁਰਗੀ ਦਾਲ ਮਰਾਬਰ। ਜਿਹੜਾ ਮੈਂ ਉੱਥੇ ਜ਼ਾਤੀ ਤੌਰ 'ਤੇ ਜਿਸੇ ਲੋਕਾਂ ਨਾਲ ਗੱਲਾਂ ਕਰਦਾ, ਜਿਸੇ ਕੋਈ ਮੈਨੂੰ ਪਤਾ ਲੱਗਦਾ ਪਾਕਿਸਤਾਨ ਤੋਂ ਆਇਆ, ਕੋਈ ਝੰਗ ਦਾ ਹੋਵੇ, ਉਹ ਹੀਰ ਰਾਂਝੇ ਹੋ ਗਿਆ, ਬਾਬਾ ਬੁੱਲੇ ਸ਼ਾਹ ਹੋ ਗਿਆ, ਬਾਬਾ ਫਰੀਦ, ਇਸ ਕਦਰ ਇਹਤਰਾਮ ਕਰਦੇ ਆ। ਔਰ ਇੱਦਾਂ ਕਾਫੀਆਂ ਸੁਣਾ ਰਹੇ ਹੁੰਦੇ ਆ, ਬਾਬੇ ਬੁੱਲੇ ਦਾ ਕਲਾਮ ਸੁਣਾ ਰਿਹਾ ਹੋਇਆ, ਮੈਂ ਸ਼ਾਇਦ ਜਨੂਬੀ ਪੰਜਾਬ 'ਚ ਆ ਬਈ, ਮੈਨੂੰ ਕੋਈ ਇਹੋ ਜਿਹਾ ਬੰਦਾ ਨਹੀਂ ਲੱਭਦਾ ਉੱਥੇ ਜਿਹਨੂੰ ਵੀ ਮਿਲਿਆ ਨਾ ਜੀ। ਉਹ ਕਹਿਣਗੇ ਸਾਨੂੰ ਕਾਪੀ ਲਿਆ ਦਿਓ, ਤੁਹਾਡੇ ਇੱਕ ਹੀਰ ਰਾਂਝਾ ਫਿਲਮ ਬਣੀ ਸੀ, ਸਾਡੇ ਬਜ਼ੁਰਗਾਂ ਦੇਖੀ, ਅਸੀਂ ਵੀ ਦੇਖਣੀ ਹੈ। ਅਤੇ ਹੁਣ ਉਹ ਉਸ ਤਰ੍ਹਾਂ ਦੇ VCR ਨਹੀਂ ਹੈ, ਕਲਾਮ ਸਾਰੇ ਉਹਨਾਂ ਨੂੰ ਯਾਦ ਹੈ। ਇਹ ਇੱਕ ਖਾਸ ਗੱਲ ਮੈਂ ਦੇਖੀ ਉੱਥੇ। ਔਰ ਲੇਕਿਨ ਉਹ ਪੰਜਾਬੀ, ਚਾਹੇ ਹਿੰਦੂ ਪੰਜਾਬੀ ਹੋਵੇ ਔਰ ਚਾਹੇ ਸਿੱਖ ਪੰਜਾਬੀ ਹੋਵੇ। ਅੱਛਾ, ਮੈਂ ਹੁਣ ਫਿਰ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਕਿ ਆਪਾਂ ਗੱਲਾਂ ਮਾਸ਼ਾਅੱਲਾ ਬੜੀਆਂ ਪਿਆਰੀਆਂ ਤੁਹਾਡੇ ਕੋਲੋਂ ਗੱਲਾਂ, ਮੇਰਾ ਦਿਲ ਨਹੀਂ ਕਰ ਰਿਹਾ ਕਿ ਮੈਂ ਵਾਰ ਵਾਰ ਤੁਹਾਨੂੰ ਸਵਾਲ ਕਰੀ ਜਾਵਾਂ, ਲੇਕਿਨ ਕਿਉਂਕਿ ਸਾਡਾ ਪ੍ਰੋਗਰਾਮ ਦਾ ਸੈਗਮੈਂਟ ਹੈ ਵੰਡ ਵੇਲੇ ਦੀ ਯਾਦ, ਮੈਂ ਤੁਹਾਨੂੰ ਫਿਰ ਉੱਧਰ ਥੋੜ੍ਹਾ ਜਿਹਾ ਲੈ ਕੇ ਆਵਾਂਗਾ। ਔਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਬਜ਼ੁਰਗਾਂ ਨੇ ਕਿਸ ਤਰੀਕੇ ਦੇ ਨਾਲ ਸਰਵਾਈਵ ਕੀਤਾ, ਤੁਸੀਂ ਖੁਦ ਇਸ ਚੀਜ਼ ਦੇ ਉੱਤੇ ਰੋਸ਼ਨੀ ਪਾਓ ਕਿ ਮਜ਼ੀਦ ਮੈਂ ਤੁਹਾਡੇ ਕੋਲ ਹੋਰ ਪੁੱਛਾਂ, ਉਹਨਾਂ ਦਾ ਸਫ਼ਰ ਇੱਥੇ ਤੱਕ ਦਾ ਕਿਸ ਤਰ੍ਹਾਂ ਦਾ ਰਿਹਾ ਔਰ ਉਹਨਾਂ ਨੇ ਕੀ ਮੁਸ਼ਕਲਾਂ ਬਰਦਾਸ਼ਤ ਕੀਤੀਆਂ? ਉਹ ਤੁਹਾਡੇ ਹੁਣ ਕਿਉਂਕਿ ਮਾਰਕੀਟ 'ਚ ਇਲੈਕਟ੍ਰੋਨਿਕ ਮੀਡੀਆ ਦਾ ਤੁਹਾਡੀ ਬੇਸ਼ੁਮਾਰ ਵੀਡੀਓਜ਼ ਮੌਜੂਦ ਹੈ ਜੀ, ਉਹ ਸੇਮ ਉਸੇ ਤਰੀਕੇ ਦੇ ਨਾਲ ਹੀ ਹੈ ਕਿ ਆਪਣੇ ਪਿੰਡ 'ਚ ਉੱਠੇ, ਜੋ ਕੁਝ ਉਹਨਾਂ ਦੇ ਕੋਲ ਹੱਥ ਆਇਆ ਉਹ ਉਹਨਾਂ ਨੂੰ ਆ ਗਿਆ। ਔਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ ਐਜੂਕੇਸ਼ਨ, ਇਹ ਕਿਉਂ ਬਣਿਆ ਪਾਕਿਸਤਾਨ, ਇਹ ਛੱਡ ਕੇ ਜਾਣਾ ਪੈਣਾ, ਵਰਨਾ ਤਾਂ ਰਾਜ ਸਾਹਿਬ ਵੀ ਕਹਿੰਦੇ ਕਿ ਛੱਡਣ ਵਾਸਤੇ ਕੋਈ ਤਿਆਰ ਹੀ ਨਹੀਂ ਸੀਗਾ, ਉਦਾਂ ਹੀ ਉਹ ਛੱਡ ਕੇ ਆਇਆ, ਗੱਡਿਆਂ ਦੇ ਕੋਈ ਦਾਣੇ ਰੱਖੇ ਆ ਕੇ ਕੈਂਪਾਂ 'ਚ ਬਹਿ ਗਏ, ਕੈਂਪਾਂ 'ਚ ਉਹਨੇ ਭੁੱਖ ਨੰਗ ਦੇਖੀ, ਦੋ ਦੋ ਤਿੰਨ ਤਿੰਨ ਮਹੀਨੇ ਕੈਂਪਾਂ 'ਚ ਬੈਠ ਰਿਹਾ, ਜ਼ੁਲਮ ਸਹਿੰਦਾ ਰਿਹਾ। ਮੇਰੀ ਵਾਲਦਾ ਜਲੰਧਰ ਤੋਂ ਸਾਡੇ ਪਿੰਡ ਤੋਂ ਤੰਦਾਉਰੇ ਤੋਂ ਜਾਂ ਨਕੋਦਰ ਤੋਂ ਚੱਲੀ ਔਰ ਇੱਥੇ 700-800 ਮੀਲ ਦਾ ਫਾਸਲਾ ਮੇਰੇ ਅੰਦਾਜ਼ੇ ਮੁਤਾਬਕ ਹੋਏਗਾ ਕਿ ਆਲ ਦਾ ਵੇ ਉਹ ਗੱਡਿਆਂ 'ਚ ਕੋਈ 2-4 ਮਹੀਨਿਆਂ 'ਚ ਅਹਿਸਾਸ ਕਬਾਦ ਤੱਕ ਪਹੁੰਚੀ, ਜਿਹੜਾ ਕਿ ਲਾਹੌਰੋਂ ਅਸੀਂ 450 ਮੀਲ ਦੂਰ ਹਾਂ ਇਸ ਟਾਈਮ, ਲਾਹੌਰੋਂ ਅਸੀਂ 450। ਹਾਂਜੀ, ਉਹ ਤਾਂ ਫਿਰ ਲੰਬੀ ਗੱਲ ਆ ਕਿ ਉਹਨਾਂ ਨੇ, ਕਿਉਂਕਿ ਮੈਂ ਇਹ ਸੁਣਦਾ ਸੁਣਦਾ ਜਵਾਨ ਹੈ ਪਰ ਬੁੱਢਾ ਵੀ ਹੋ ਗਿਆ, ਕਿ ਰਸਤੇ 'ਚ ਉਹਨਾਂ ਨੇ ਕੀ ਦੇਖਿਆ, ਕੀ ਭੁੱਖ ਨੰਗ ਦੇਖੀ, ਕੀ ਕਤਲੋ ਗਾਰਤ, ਲਾਸ਼ਾਂ ਪਈਆਂ, ਕੋਈ ਚੁੱਕਣ ਵਾਲਾ ਨਹੀਂ ਹੈ, ਜਿੱਥੇ ਰਾਤ ਪਈ ਉੱਥੇ ਸੌਂ ਗਏ, ਪੱਠੇ ਵੱਢ ਕੇ ਡੰਗਰਾਂ ਨੂੰ ਪਾਤੇ, ਭੁੱਖਾਂ ਕੱਟ, ਕੋਈ ਬੋਲਦ ਮਰ ਗਿਆ, ਕੋਈ ਅਵਾਰਾ ਫਿਰਦਾ ਬਿਮਾਰ ਹੋ ਗਿਆ ਤਾਂ ਉਹ ਫੜ ਲਿਆ ਕਿਸੇ ਦੇ ਕੋਲੋਂ, ਇਸ ਤਰ੍ਹਾਂ ਇੱਥੇ ਪਹੁੰਚੇ ਆ। ਅਸਲ ਵਿੱਚ ਮੈਂ ਬੜੀ ਹੀ ਮਾਜ਼ਰਤ ਚਾਹਾਂਗਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਸਾਡਾ ਕਤਨ ਇਹ ਮਕਸਦ ਨਹੀਂ ਹੁੰਦਾ ਕਿ ਕਿਸੇ ਦੇ ਜਜ਼ਬਾਤ ਦੇ ਨਾਲ ਖੇਲੀਏ ਜਾਂ ਉਹਨਾਂ ਦੇ ਜ਼ਖਮਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰੀਏ, ਬਿਲਕੁਲ ਵੀ ਸਾਡਾ ਐਸਾ ਮਕਸਦ ਨਹੀਂ ਹੈ। ਅੱਜ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਅੱਜ ਦੀ ਜਿਹੜੀ ਪੀੜ੍ਹੀ ਹੈ ਔਰ ਪੁਰਾਣੀ ਜਿਹੜੀ ਪੀੜ੍ਹੀ ਹੈ, ਇਹਨਾਂ ਦਾ ਇੱਕ ਮਿਲਣ ਹੈ ਜਿੱਥੇ ਤੱਕ ਮੈਂ ਸਮਝਦਾ ਕਿ ਸਾਡੇ ਪ੍ਰੋਗਰਾਮ ਦਾ ਜੋ ਮਕਸਦ ਹੈ, ਅਸੀਂ ਕੀ ਕੁਰਬਾਨੀਆਂ ਦੇ ਕੇ ਇੱਥੇ ਤੱਕ ਪਹੁੰਚੇ ਹਾਂ ਔਰ ਅੱਜ ਅਸੀਂ ਕਿਹੜੇ ਰਾਹ ਤੁਰੇ ਹੋਏ ਹਾਂ, ਇਹ ਸਾਰੀਆਂ ਚੀਜ਼ਾਂ ਦਾ ਨਿਤਾਰਾ ਆਪ ਸਾਨੂੰ ਬੈਠ ਕੇ ਕਰਨਾ ਚਾਹੀਦਾ ਕਿ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਜਾਂ ਉਹਨਾਂ ਦੇ ਅੱਗੇ ਉਹ ਜਿਹੜੇ ਬੱਚੇ ਉਹਨਾਂ ਦੇ ਉਹ ਖੁਦ ਹੁਣ ਬਜ਼ੁਰਗ ਜਿਹੜੇ ਬਣ ਚੁੱਕੇ ਨੇ, ਅਸੀਂ ਉਹਨਾਂ ਕੋਲੋਂ ਇਹ ਜਿਹੜੀਆਂ ਗੱਲਾਂ ਪੁੱਛਦੇ ਹਾਂ, ਇਹ ਕੋਈ ਮਤਲਬ ਬਿਲਕੁਲ ਵੀ ਕਤਨ ਸਾਡਾ ਮਕਸਦ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਜੀ ਬੰਦੇ ਨੂੰ ਅਸੀਂ ਜਜ਼ਬਾਤੀ ਕਰੀਏ, ਬਲਕਿ ਉਹਨਾਂ ਦੇ ਜਜ਼ਬਾਤ ਦੇ ਵਿੱਚ ਜਿਹੜਾ ਛੁਪਿਆ ਹੋਇਆ ਅਹਿਸਾਸ ਆ, ਜਿਹੜੀ ਛੁਪੀ ਹੋਈ ਕਦਰ ਆ ਆਪਣੀ ਧਰਤੀ ਦੀ, ਆਪਣੇ ਦੇਸ਼ ਦੀ, ਉਹਨੂੰ ਨਿਤਾਰ ਕੇ ਸਾਹਮਣੇ ਲਿਆਉਂਦਾ ਜਾਵੇ ਤਾਂ ਕਿ ਤੁਹਾਨੂੰ ਆਪਣੇ ਮੁਲਕ ਦੀ, ਆਪਣੇ ਦੇਸ਼ ਦੀ, ਆਪਣੀ ਧਰਤੀ ਦੀ ਮਜ਼ੀਦ ਕਦਰ ਤੁਹਾਡੇ ਦਿਲਾਂ ਦੇ ਵਿੱਚ ਪੈਦਾ ਹੋ ਸਕੇ, ਇਹੀ ਸਾਡਾ ਮਕਸਦ ਆ। ਔਰ ਜਿਹੜੇ ਬਾਰਡਰੋਂ ਪਾਰ ਸਾਨੂੰ ਦੇਖਣ ਵਾਲੇ, ਯਾਨੀ ਸਾਡੇ ਚੜ੍ਹਦੇ ਪੰਜਾਬ ਵਾਲੇ ਸਾਡੇ ਭਰਾ, ਉਹਨਾਂ ਦੇ ਨਾਲ ਸਾਡਾ ਲੈਣ ਦੇਣ ਵਿਹਾਰ ਕੈਸਾ ਸੀ, ਉਹਨਾਂ ਨੂੰ ਵੀ ਅਮਨ ਦਾ, ਮੁਹੱਬਤ ਦਾ ਪੈਗਾਮ ਦੇਣਾ ਹੀ ਸਾਡਾ ਮਕਸਦ ਹੈ, ਤਾਂ ਕਿ ਨਫ਼ਰਤਾਂ ਨੂੰ ਮੁਹੱਬਤ ਦੇ ਨਾਲ ਹੀ ਕੰਮ ਕੀਤਾ ਜਾ ਸਕਦਾ ਵਾ। ਇੱਧਰੋਂ ਤੁਸੀਂ ਫਾਇਰ ਕਰੋ, ਉੱਧਰੋਂ ਅਸੀਂ ਫਾਇਰ ਕਰੀਏ, ਕਦੀ ਵੀ ਸੀਜ਼ ਫਾਇਰ ਨਹੀਂ ਹੋ ਸਕਦਾ, ਮੁਹੱਬਤ ਜਿਹੜੀ ਆ ਉਹ ਕਾਇਮ ਨਹੀਂ ਰਹਿ ਸਕਦੀ, ਬਲਕਿ ਨਫ਼ਰਤ ਵੱਧਦੀ ਆ। ਅਤੇ ਸਰ, ਮੈਂ ਇਹੀ ਤੁਹਾਡੇ ਕੋਲੋਂ ਹੁਣ ਪੁੱਛਣਾ ਚਾਹਾਂਗਾ ਕਿ ਕਿੱਥੇ ਤਹਿਸੀਲ ਨਕੋਦਰ, ਕਿੱਥੇ ਲਾਹੌਰ, ਲਾਹੌਰੋਂ ਫਿਰ ਸਾਦਕਾਬਾਦ, ਸਰ ਥੋੜ੍ਹਾ ਜਿਹਾ ਮੈਨੂੰ ਦੱਸੋ ਕਿ ਇਹ ਜਿਹੜੀ ਮੁਸੱਲਸ ਬਣ ਰਹੀ ਹੈ ਇਹਦੇ ਪਿੱਛੇ ਵਜ੍ਹਾ ਕੀ ਸੀ? ਵਜ੍ਹਾ ਮੇਰੇ ਵਾਲਿਦ ਸਾਹਿਬ ਕੋਈ 1935 ਦੇ ਵਿੱਚ ਸਾਡਾ ਇੱਕ ਤਾਇਆ ਹੁੰਦਾ ਸੀ, ਉਹ ਕਿਤੇ ਬੋਲ ਨਗਰ ਆ ਗਿਆ, ਫਿਰ ਉਹਨਾਂ ਨੇ ਨਲਕੇ ਵਗੈਰਾ ਲਾਉਣੇ ਸ਼ੁਰੂ ਕੀਤੇ ਅਤੇ ਉਹ ਸਿਲਸਿਲੇ 'ਚ ਸਾਦਕਾਬਾਦ ਆ ਗਿਆ। ਅਨਮੈਰਿਡ ਸੀ ਨਾ ਇੱਥੇ, ਜਿਸ ਜਗ੍ਹਾ ਤੁਸੀਂ ਬੈਠੇ ਮੇਰਾ ਇੰਟਰਵਿਊ ਕਰ ਰਿਹਾ ਨਾ, ਇਹ ਕਿਸੇ ਬਣੀ ਦੀ ਦੁਕਾਨ ਸੀ, ਅਸੀਂ ਤਾਂ ਫਿਰ ਬਹੁਤ ਸਾਲਾਂ ਬਾਅਦ ਕਿਸੇ ਨੇ ਖਰੀਦ ਲਈ, ਅਸੀਂ ਤਾਂ ਫਿਰ ਉਹਦੇ ਕੋਲੋਂ ਖਰੀਦੀ, ਸਾਡੀ ਕਿਤੇ ਹੋਰ ਸੀ, ਲੇਕਿਨ ਹੈ ਇਹੀ ਸੀ। ਉਹ ਇਹੀ ਕਾਰਨ ਬਣਿਆ ਕਿ ਸਾਡੇ ਫਿਰ ਬਈ ਉੱਥੇ ਸਾਡਾ ਵੀ ਚਲੋ ਕੋਈ ਕਾਰੋਬਾਰ ਕੋਈ ਸ਼ੁਰੂ ਕਰ ਲਾਂਗੇ, ਉਹਦੇ ਤਹਿਤ ਹੀ ਅਸੀਂ ਫਿਰ
ਆਲ ਦਾ ਵੇ ਤੇ ਸਫ਼ਰ ਕੀਤਾ। ਬਹੁਤ ਵਧੀਆ। ਤੁਸੀਂ ਇਹ ਹੁਣ ਜ਼ਿਕਰ ਕੀਤਾ ਹੈ ਕਿ ਜੀ ਇਹ ਜਿਸ ਜਗ੍ਹਾ ਅਸੀਂ ਬੈਠੇ ਹਾਂ ਇਹ ਨੀਚੇ ਜਿਹੜੀ ਦੁਕਾਨ ਹੈ ਕਾਫ਼ੀ ਬੜੀ ਮਾਸ਼ਾਅੱਲਾ ਔਰ ਕਾਫ਼ੀ ਅੱਛਾ ਸਿਲਸਿਲਾਕਾਰ ਹੈ ਸਾਰਾ ਦੇਖ ਰਹੇ ਹਾਂ ਅਸੀਂ, ਇਹਦੇ 'ਤੇ ਥੋੜ੍ਹੀ ਜਿਹੀ ਰੋਸ਼ਨੀ ਪਾਓ ਕਿ ਇਸ ਜਗ੍ਹਾ ਦਾ ਕੀ ਤਾਰੀਖ ਹੈ। ਬਸ ਉਹ ਵਾਲਿਦ ਸਾਹਿਬ ਮੇਰੇ ਦੱਸਦੇ ਆ ਕਿ ਜਿਸ ਲਈ ਉਹ ਜਲੰਧਰੋਂ ਆਪਣੇ ਆਏ ਹੋਣਗੇ ਇੱਥੇ, ਕਿਉਂਕਿ ਬਹੁਤ ਸਾਰੇ ਆਪਣੇ ਸਿੱਖ ਭਰਾ ਵੀ ਜਦੋਂ ਇਹ ਬੈਰਾਜ ਸਿਸਟਮ ਮੈਰੀ ਸਿਸਟਮ ਬਣਿਆ ਜੀ, ਇਹਨਾਂ ਲੋਕਾਂ ਨੇ ਬਾਹਰਾਂ ਅਤੇ ਸਾਰਾ ਕੁਛ ਆਬਾਦ ਕੀਤਾ, ਉਹਦੇ ਨਾਲ ਮੁਸਲਮਾਨ ਹੀ ਬਹੁਤ ਆਏ ਬਿਫੋਰ ਪਾਰਟੀਸ਼ਨ। ਬਿਫੋਰ ਪਾਰਟੀਸ਼ਨ ਮਤਲਬ ਗੈਰ ਆਬਾਦ ਇਲਾਕਿਆਂ ਨੂੰ ਆਬਾਦ ਕਰਨ ਵਾਸਤੇ, ਕਿਉਂਕਿ ਉਹ ਐਗਰੈਸਿਵ ਸੀ, ਐਗਰੀਕਲਚਰ 'ਚ ਉਹਨਾਂ ਦੀ ਦਿਲਚਸਪੀ ਜ਼ਿਆਦਾ ਸੀ ਅਤੇ ਉਹਨਾਂ ਨੇ ਲੋਕ ਆਬਾਦ ਕੀਤੇ, ਤਾਂ ਹੀ ਉਹਨਾਂ ਜਿਹੜੇ ਸੀ ਸਿੱਖ ਬਰਾਦਰੀ ਉਹ ਅਸਲ ਇੱਥੇ ਘੱਟ ਹੋਣਗੇ, ਲੇਕਿਨ ਉਹਨਾਂ ਨੂੰ ਵਾਪਸ ਜਾਣਾ ਪਿਆ ਨਾ, ਉਹਨਾਂ ਨੂੰ ਵਾਪਸ ਜਾਣਾ, ਕੁਛ ਲੋਕ ਪਹਿਲਾਂ ਆ ਗਏ, ਲੇਕਿਨ ਸਾਡੀ ਫੈਮਿਲੀ ਤਾਂ ਪਾਰਟੀਸ਼ਨ 'ਚ ਹੀ ਆਈ ਆ, ਮੇਰੇ ਵਾਲ ਸਾਹਿਬ ਇਕੱਲੇ ਹੈ, ਇਹ ਦੁਕਾਨ ਦੇ ਉੱਤੇ ਉਹਨਾਂ ਨੇ ਨਲਕੇ ਲਾਉਣ ਦਾ ਜਿਹੜਾ ਸੀ ਬਾਰ ਪਲੰਬਰਿੰਗ, ਪਲੰਬਰਿੰਗ ਨਹੀਂ ਮਤਲਬ ਹੈ ਕਿ ਨਲਕੇ ਉਹਨਾਂ ਲਾਉਣੇ ਆ ਗਏ, ਉਹਨਾਂ ਨੇ ਸੱਖਰੋਂ ਜਾ ਕੇ ਉੱਥੇ ਸੱਖਰ ਵੱਡੀ ਮਾਰਕੀਟ ਸੀਗੀ, ਜਾ ਕੇ ਸਮਾਨ ਲਿਆਉਣਾ, ਨਲਕਾ ਲਾ ਲੈਣਾ, ਆਪ ਹੀ ਮਜ਼ਦੂਰੀ ਕਰਨੀ, ਇੱਕ ਅੱਧਾ ਮਜ਼ਦੂਰ ਰੱਖ ਲੈਣਾ। ਉਸ ਟਾਈਮ ਦੀ ਜੀ ਇਹ ਇੰਜੀਨੀਅਰਿੰਗ ਸੀਗੀ, ਇਹ ਇੰਜੀਨੀਅਰਿੰਗ ਸੀਗੀ ਔਰ ਲੋਕ ਬੜਾ ਮਤਲਬ ਚਾਹ ਕਰਦੇ ਸੀਗੇ ਬਹੁਤ ਕਿ ਜੀ ਇੱਕ ਕਿਸਮ ਦਾ ਉਹਨਾਂ ਲਈ ਇੰਜੀਨੀਅਰ ਹੀ ਸੀ, ਅੱਜ ਬੇਸ਼ੱਕ ਸਾਨੂੰ ਇਹ ਗੱਲ ਮਾਮੂਲੀ ਲੱਗਦੀ, ਲੇਕਿਨ ਉਸ ਟਾਈਮ ਮਤਲਬ ਬੋਰ ਕਰਨਾ, ਪਾਣੀ ਨੂੰ ਮਤਲਬ ਕੱਢਣਾ ਔਰ ਬੜੀ ਗੱਲ ਹੁੰਦੀ ਸੀ। ਜੀ ਹਾਂਜੀ, ਬਸ ਉਹ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ, ਬਸ ਉਹਨਾਂ ਨੇ ਇੱਕ ਗੱਲ ਮੈਨੂੰ ਬੜੀ ਅੱਛੀ ਦੱਸੀ ਸੀ ਉਹਨਾਂ ਨੇ ਕਿ ਇੱਥੇ ਨਾਲ ਦੀ ਦੁਕਾਨ 'ਤੇ ਚੋਰੀ ਹੋ ਗਈ ਅਤੇ ਪੁਲਿਸ ਉਹਨਾਂ ਨੂੰ ਪਕੜ ਕੇ ਲੈ ਗਈ, ਵਾਲੇ ਸਾਹਿਬ ਨੂੰ ਪੁਲਿਸ ਪਕੜ ਕੇ ਲੈ ਗਈ। ਠੀਕ, ਉਹ ਥਾਣੇ ਗਏ ਅਤੇ ਥਾਣੇ ਜਾ ਕੇ ਅਤੇ ਉਹ ਹੀ ਦੱਸਦੇ ਸੀ, ਹੁਣ ਤੋਂ ਲਾਜਨ ਨਸੀਬ ਫਿਰ ਬਹੁਤ ਹੋਇਆ ਉਹਨਾਂ ਨੂੰ 13-14 ਸਾਲ ਹੋ ਗਏ, ਅਤੇ ਉਹ ਥਾਣੇਦਾਰ ਨੇ ਉਹਨੂੰ ਗਾਲਾਂ ਕੱਢੀਆਂ, ਤੂੰ ਇੱਕ ਚੋਰ ਹੋ ਕੇ, ਛੋਟੀ ਉਮਰ ਸੀ ਉਹ 15-16 ਸਾਲ ਦੇ ਹੋਣੇ, ਕਿ ਤੂੰ ਚੋਰ ਹੋ ਕੇ ਮੰਜੇ 'ਤੇ ਬਹਿਣਾ, ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਚੱਲ ਪੁੰਜੇ ਬਹਿ ਜਾ। ਲੇਕਿਨ ਇਹ ਜਿਹੜਾ ਬੰਨੀਆਂ ਹਿੰਦੂ ਜਿਹੀ ਦੁਕਾਨ ਸੀ ਉਹ ਸ਼ਾਮ ਨੂੰ ਆਇਆ, ਬਈ ਉਹ ਮੁੰਡਾ ਨਿਆਜ਼ ਉਹ ਕਿੱਥੇ ਆ, ਆਖਿਰ ਜੀ ਉਹ ਨਾਲ ਤਾਂ ਚੋਰੀ ਹੋ ਗਈ ਸੀ, ਹੁਣ ਤਾਂ ਪੁਲਿਸ ਫੜ ਕੇ ਲੈ ਗਈ ਹੈ। ਉਹ ਕਹਿੰਦਾ ਕੋਈ ਐਡਾ ਚੰਗਾ ਮੁੰਡਾ ਵੀ ਕੋਈ ਚੋਰ ਹੋ ਸਕਦਾ, ਉਹ ਮੇਰੇ ਕੋਲ ਰਹਿੰਦਾ, ਤੁਸੀਂ ਥਾਣੇਦਾਰ ਨੂੰ ਮੇਰਾ ਨਾਂ ਨਹੀਂ ਲਿਆ, ਉਹ ਜੀ ਉਹ ਇਹ ਹੁਣ ਹਿੰਦੂ ਦਾ ਮੈਂ ਨਾਂ ਨਹੀਂ ਆਉਂਦਾ, ਉਹ ਬਨੀਆ ਦਾ ਨਾਂ ਨਹੀਂ ਆਉਂਦਾ, ਇਹ ਦੁਕਾਨ ਉਹਦੀ ਸੀ, ਉਹ ਤਾਂ ਥਾਣੇ ਚਲਾ ਗਿਆ। ਉਹ ਕਹਿੰਦਾ ਦੂਸਰੇ ਮੁੰਡੇ ਨੂੰ ਕਿਉਂ ਫੜਿਆ, ਵੀ ਇਹ ਤਾਂ ਅਗਰ ਚੋਰੀ ਦਾ ਇਲਜ਼ਾਮ ਆ, ਕਹਿੰਦਾ ਸਾਡੇ ਨੂੰ ਚੋਰੀ ਦਾ ਇਲਜ਼ਾਮ, ਜ਼ਮਾਨਤ ਮੈਂ ਤਾਂ ਨਾ, ਤੁਸੀਂ ਜ਼ਮਾਨਤ, ਹਾਂ ਜੀ ਚੱਲ ਜਿਹੜੀ ਜ਼ਮਾਨਤ ਦਾ ਕਾਗਜ਼ ਭਰਾਉਣੇ ਉਹ ਭਰਾ ਲਾ, ਛੱਡ ਨੂੰ ਮੈਂ ਜਵਾਬ ਦੇਣਾ, ਚੋਰੀ ਕਰ ਹੀ ਨਹੀਂ ਸਕਦਾ, ਬੜੀ ਗੱਲ ਇਹ ਸਾਡੇ ਉਹ ਨਾਲ ਲੈ ਕੇ ਆਇਆ, ਅਤੇ ਇਸ ਤਰ੍ਹਾਂ ਮੈਂ ਵਾਲਿਦ ਸਾਨੂੰ ਪੁੱਛਿਆ ਸੀ ਕਿ ਉਹ ਇੱਥੋਂ ਕਿੱਦਾਂ ਗਿਆ, ਕਹਿੰਦਾ ਕਿਉਂਕਿ ਜਦੋਂ ਪਾਕਿਸਤਾਨ ਬਣਿਆ ਮੈਂ ਆਪਣੇ ਇੱਥੋਂ ਕੋਈ ਮਾਲ ਡੰਗਰ ਲੈ ਕੇ ਬਾਲ ਨਗਰ ਜਾ ਰਿਹਾ ਸੀ, ਮੈਂ ਫਿਰ ਜਦੋਂ 2 ਮਹੀਨੇ ਬਾਅਦ ਵਾਪਿਸ ਆਇਆ, ਪਤਾ ਨਹੀਂ ਉਹ ਵਿਚਾਰੇ ਕਿਸ ਤਰ੍ਹਾਂ ਗਿਆ ਜਾਂ ਕੀ ਹੋਇਆ, ਮੈਨੂੰ ਪਤਾ ਨਹੀਂ ਪਤਾ ਲੱਗਿਆ। ਠੀਕ ਜੀ। ਅੱਛਾ ਸਰ, ਤੁਸੀਂ ਮੈਨੂੰ ਥੋੜ੍ਹਾ ਜਿਹਾ ਇਹ ਦੱਸੋ ਕਿ ਜਿਸ ਤਰ੍ਹਾਂ ਇੰਡੀਆ ਔਰ ਪਾਕਿਸਤਾਨ ਦੋਨੋਂ ਅਲੱਗ ਅਲੱਗ ਮੁਲਕ ਬਣ ਗਏ ਨੇ, ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਕੋਸ਼ਿਸ਼ ਕਰ ਰਹੇ ਹਾਂ, ਜੋ ਕਿ ਤੁਹਾਨੂੰ ਵੀ ਵਾਜ਼ ਹੈ ਪਤਾ ਹੈ ਕਿ ਸਾਡੀ ਕੀ ਕੋਸ਼ਿਸ਼ ਹੈ, ਸਰ ਤੁਹਾਨੂੰ ਕੀ ਲੱਗਦਾ ਹੈ ਇਨ ਫਿਊਚਰ ਕਿ ਤੁਸੀਂ ਕੀ ਸੋਚਦੇ ਹੋ ਕਿ ਕੀ ਫਿਊਚਰ ਹੋ ਸਕਦਾ ਹੈ, ਜੋ ਵੀ ਉੱਧਰ ਕਾਵਿਸ਼ ਲੋਕ ਕਰਦੇ ਜਾਂ ਇੱਧਰੋਂ ਅਸੀਂ ਕਾਵਿਸ਼ ਕਰ ਰਹੇ ਹਾਂ, ਕੋਈ ਕੋਸ਼ਿਸ਼ ਕਰ ਰਹੇ ਹਾਂ, ਅਤੇ ਇਹਨੂੰ ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਕਿਸ ਨਜ਼ਰੀਏ ਨਾਲ ਸੋਚਦੇ ਹੋ? ਦੇਖੋ ਜੀ, ਕਾਵਿਸ਼ ਤਾਂ ਹੁਣ ਦੋ ਮੁਲਕ ਅਤੇ ਉੱਧਰ ਕਹਿੰਦੇ ਆ ਜੀ ਅੱਡੋ ਅੱਡ ਹੋ ਗਏ, ਇੱਧਰ ਕਹਿੰਦੇ ਆ ਲੁੜ ਪੈ ਗਿਆ, ਕੋਈ ਕਹਿੰਦਾ ਬਟਵਾਰੇ ਹੋ ਗਿਆ, ਲੇਕਿਨ ਕਿਉਂਕਿ ਸਾਡੀ ਤਾਰੀਖ ਇੱਕੋ ਹੀ ਹੈ, ਮੁਸਲਮਾਨ ਉੱਥੇ 700-800 ਸਾਲ ਤੋਂ ਰਹਿੰਦੇ ਹੈ ਔਰ ਮੁਸਲਮਾਨ ਉੱਥੋਂ ਖਤਮ ਨਹੀਂ ਹੋ ਸਕਦੇ, ਇੱਥੇ ਉਹਨਾਂ ਦੀ ਆਬਾਦੀ ਜਿਹੜੀ ਹੈਗੀ ਹੈ ਉਹ ਬਹੁਤ ਸਾਰੀ ਘੱਟ ਗਈ ਹੈ ਜੀ, ਉਹਨਾਂ ਨੂੰ ਮੇਰੀ ਜ਼ਾਤੀ ਸੋਚ ਇਹ ਹੈ ਕਿ ਉਹ ਅਨਸਕਿਓਰ ਫੀਲ ਕਰਦੇ ਹੈ ਕਿ ਇਹ ਮਾਰਸ਼ਲ ਕੌਮ ਆ ਮੁਸਲਮਾਨ, ਇਹ 800 ਸਾਲ ਉੱਥੇ ਹਕੂਮਤ ਕੀਤੀ, ਇਹ ਕਿਤੇ ਆ ਨਾ ਜਾਣ, ਔਰ ਹੋ ਸਕਦਾ ਹੈ ਪਾਕਿਸਤਾਨ ਦਾ ਵੀ ਇਹ ਖਿਆਲ ਹੋਵੇ ਕਿ ਅਸੀਂ ਵੀ ਬਈ ਸਾਡੇ ਸਾਹਮਣੇ ਕੀ ਅਸੀਂ ਇਹ ਜੰਗੋ ਜਦਲ ਕਰੀਏ। ਇਹ ਦੋਨੋਂ ਮੁਲਕ ਚਾਹੇ ਇੰਡੀਆ ਜਿੰਨੀ ਵੀ ਤਰੱਕੀ ਕਰ ਗਿਆ ਨਾ, ਉਹਨਾਂ ਦੇ ਸਾਰੇ ਵਸਾਇਲ, ਉਹਨਾਂ ਦੀ ਦਿਮਾਗੀ ਤਾਕਤ ਉਹ ਪਾਕਿਸਤਾਨ ਦੇ ਖਿਲਾਫ ਲੱਗ ਰਹੀ ਹੈ, ਔਰ ਐਜ਼ ਇਟ ਇਜ਼ ਹੀ ਪਾਕਿਸਤਾਨ ਦੀ ਸਾਰਾ ਦਫਾਈ ਨਜ਼ਰੀਆ, ਇਹਦੀ ਜੰਗੀ ਜ਼ਰੂਰਤ ਦਾ ਸਮਾਨ, ਹਰ ਚੀਜ਼ ਇੰਡੀਆ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਜਾਂਦਾ ਨਾ ਜੀ। ਇਹਦਾ ਮਤਲਬ ਇਹ ਹੁੰਦਾ ਕਿ ਉਹ ਅਗਰ 500 ਸਾਲ 1000 ਸਾਲ ਵੀ ਹੋਵੇ ਨਾ, ਤਾਂ ਇਹ ਅਸੀਂ ਇੱਥੇ ਹੀ ਰਹਿਣਾ, ਇਹ ਤਰੱਕੀ ਅਗਰ ਇਹ ਮੈਂ ਦਾਅਵੇ ਨਾਲ ਕਹਿੰਦਾ, ਕਿਉਂਕਿ ਮੈਂ 85 'ਚ ਉੱਥੇ ਗਿਆ ਸੀ ਨਾ, ਤੁਹਾਡੇ ਇਹ ਤਰਦੀਦ ਵੀ ਕਰ ਸਕਦੇ ਆ, ਜਾਣਦੇ ਵੀ ਲੋਕ ਆਉਣਗੇ ਕਿ ਉਹਨਾਂ ਦੀ ਇਕਾਨਮੀ ਕੀ ਸੀ ਉਸ ਵੇਲੇ ਔਰ ਸਾਡੀ ਇਕਾਨਮੀ ਕੀ ਸੀ ਨਾ, ਬਹੁਤ ਸਾਰੇ ਲੋਕਾਂ ਨੂੰ ਪਤਾ ਹੋਇਆ ਸੀ ਕਾਫੀ, ਲੇਕਿਨ ਇਸ ਉਸ ਤੋਂ ਉਹਨਾਂ ਦੀ ਇੱਕ ਇਕਾਨਮੀ ਲੇਟ 90s ਦੇ ਵਿੱਚ ਜਾ ਕੇ ਸ਼ੁਰੂ ਹੋਈ ਹੈ ਨਾ, ਅੱਗੇ ਨਿਕਲੇ ਅਤੇ ਉਹ ਵੀ ਫਲੈਸ਼ਿਸ ਹੈਗੇ ਆ,
ਇਹ ਜਦ ਤੱਕ ਦੋ ਕੌਮਾਂ ਸਕੂਨ ਨਾਲ ਨਹੀਂ ਰਹਿਣਗੀਆਂ, ਇਹ ਆਪਣੇ ਵਸਾਇਲ ਇਹਨਾਂ 'ਤੇ ਖਤਮ ਨਹੀਂ ਕਰਨਗੀਆਂ ਤਾਂ ਕੁਛ ਨਹੀਂ ਹੋ ਸਕਦਾ ਨਾ। ਇਹ ਤਾਂ ਹੁਣ ਸਾਨੂੰ ਵੀ ਪਤਾ ਕਿ ਇੰਡੀਆ ਦਾ ਮੁਕਾਬਲਾ ਕਿਹਦੇ ਨਾਲ, ਉਹ ਚਾਈਨਾ ਦੀ ਗੱਲ ਕਰੇ ਜਾਂ ਅਮਰੀਕਾ ਦਾ, ਲੇਕਿਨ ਉਹਦਾ ਟਾਰਗੇਟ ਇਹੀ ਹੈ ਨਾ। ਅਤੇ ਅਸੀਂ ਵੀ ਕੀ ਕਰ ਸਕਦੇ ਹਾਂ, ਸਾਡਾ ਵੀ ਇਹੀ ਹੈ ਕਿ ਇੰਡੀਆ ਅਸੀਂ ਇੰਡੀਆ ਨੂੰ ਮਾਰ ਵੀ ਦਈਏ, ਉਹ ਸਾਨੂੰ ਵੀ ਮਾਰ ਦੇਣ, ਤਾਂ ਵੀ ਇਹਦਾ ਕੋਈ ਹੱਲ ਨਹੀਂ ਹੈ। ਬਿਲਕੁਲ, ਇਹਦਾ ਮਤਲਬ ਇਹ ਬਹਿ ਕੇ ਸੋਚਣਾ ਪਏਗਾ ਕਿ ਇਹਨੂੰ ਬਈ ਕਿਸੇ ਕਿਸ ਤਰੀਕੇ ਨਾਲ ਫੈਡਰੇਸ਼ਨ ਬਣਾ ਕੇ ਇੱਕ ਦੂਜੇ ਨੂੰ ਇਹ ਪਹਿਲੇ ਖਤਮ ਕਰੋ ਜੀ। ਬਿਲਕੁਲ, ਵਰਨਾ ਨਹੀਂ ਹੋ ਸਕਦਾ। ਇਹ ਹਜ਼ਾਰ ਸਾਲ ਵੀ ਅਸੀਂ ਰਹਿਣਾ ਨਹੀਂ ਰਹਿਣਾ, ਤਾਂ ਉਮਰ ਥੋੜ੍ਹੀ ਜ਼ਿੰਦਗੀ ਰਹਿ ਗਈ ਹੈ ਨਾ, ਇਹ ਨਹੀਂ ਸਹੀ ਹੋ ਸਕਦਾ। ਆਹ ਦੇਖ ਲਓ ਜੀ, ਸਾਨੂੰ 70 ਸਾਲ ਅੱਜ ਹੋ ਗਏ ਆ ਇੰਡੀਆ ਨੂੰ ਅਤੇ ਪਾਕਿਸਤਾਨ ਨੂੰ ਅਲੱਗ ਅਲੱਗ ਮੁਲਕ ਬਣਿਆ ਹੋਇਆ। 70 ਈਅਰਸ, ਇੱਕ ਸਰ ਮਤਲਬ ਨਿਸ ਸੈਂਚਰੀ ਤੋਂ ਉੱਤੇ ਦੀ ਗੱਲ ਆ, ਅਤੇ ਹਜੇ ਵੀ ਅਸੀਂ ਅੰਡਰ ਡਿਵੈਲਪ ਹਾਂ। ਅਸੀਂ ਕੁਛ ਨਹੀਂ ਉਖਾੜਿਆ, ਕੁਛ ਨਹੀਂ ਅਸੀਂ ਕਰ ਸਕੇ ਨਵਾਂ, ਕੋਈ ਸਾਡੀ ਐਸੀ ਕੋਈ ਇਜਾਦ ਨਹੀਂ ਹੈਗੀ ਜਿਹਦੇ ਉੱਤੇ ਅਸੀਂ ਫਖਰ ਕਰ ਸਕੀਏ। ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੀਆਂ ਮਿਸਾਲਾਂ ਹੈਗੀਆਂ ਨੇ, ਜਿਸ ਤਰ੍ਹਾਂ ਅਮੈਰੀਕਾ ਵਾ ਔਰ ਕੈਨੇਡਾ, ਦੋਨੋਂ ਹਮਸਾਏ ਆ, ਬੜੇ ਪਿਆਰ ਨਾਲ ਰਹਿ ਰਹੇ ਨੇ। ਹੋਰ ਬੜੇ ਬੜੇ ਮੁਲਕ ਹੈਗੇ ਨੇ ਜਿਹੜੇ ਆਪਸ ਦੇ ਵਿੱਚ ਬੜੇ ਪਿਆਰ ਨਾਲ ਰਹਿੰਦੇ ਨੇ। ਇਹ ਪਾਕਿਸਤਾਨ ਅਤੇ ਇੰਡੀਆ ਮੇਰੇ ਖਿਆਲ ਦੇ ਮੁਤਾਬਕ, ਬਲਕਿ ਅਕਸਰੀਅਤ ਜਿਹੜੀ ਆ ਸੋਚਦੀ ਆ, ਮੈਂ ਤੁਹਾਡਾ ਖਿਆਲ ਵੀ ਜਾਣਨਾ ਚਾਹਾਂਗਾ। ਮਾਸ਼ਾਅੱਲਾ ਤੁਸੀਂ ਕਈ ਜਗ੍ਹਾ ਜਾ ਚੁੱਕੇ ਹੋ, ਤੁਹਾਡਾ ਬੜਾ ਐਕਸਪੀਰੀਅੰਸ ਆ। ਸਾਡੇ ਲੋਕ ਤਾਂ ਮਤਲਬ ਜਿਹੜੇ ਪਾਕਿਸਤਾਨ ਔਰ ਇੰਡੀਆ ਦੇ ਲੋਕ ਆ, ਉਹ ਤਾਂ ਸੇਮ ਆ, ਜੋ ਕਿ ਤੁਸੀਂ ਖੁਦ ਵੀ ਜਾ ਕੇ ਦੇਖ ਕੇ ਆ ਚੁੱਕੇ ਹੋ। ਸਾਡੀ ਗੌਰਮੈਂਟ ਪੋਲਿਸੀਜ਼ ਜਿਹੜੀਆਂ ਨੇ, ਉਹ ਜਿਹੜੀਆਂ ਨੇ ਜ਼ਿਆਦਾ ਤਵੱਜੋ ਦੀਆਂ ਹਾਮਲ ਨੇ, ਅਤੇ ਇਹ ਗੌਰਮੈਂਟ ਪੋਲਿਸੀਜ਼ ਵੀ ਚੇਂਜ ਹੋਣੀਆਂ ਚਾਹੀਦੀਆਂ ਨੇ ਮਜ਼ੀਦ ਤਰੱਕੀ ਵਾਸਤੇ, ਤਜਾਰਤ ਵਾਸਤੇ। ਇਹਨਾਂ ਮੁਲਕਾਂ ਦੇ ਨਾਲ ਤਜਾਰਤ ਕੀਤੀ ਜਾਵੇ, ਕਾਨਫਰੰਸਿਸ ਕੀਤੀਆਂ ਜਾਣ ਬੈਠ ਕੇ, ਕੋਈ ਹੱਲ ਇਸ ਤਰ੍ਹਾਂ ਦਾ ਕੱਢਣਾ ਚਾਹੀਦਾ ਇਹਨਾਂ ਨੂੰ। ਤੁਸੀਂ ਕੀ ਸੋਚਦੇ ਹੋ ਸਰ? ਹੱਲ ਤਾਂ ਦੇਖੋ ਨਾ, ਕਿ ਤੁਸੀਂ ਜਿਹੜੇ ਅੰਗਰੇਜ਼ਾਂ ਦੇ ਹੋਰ ਮਹਿਕੂਮ ਸੀ, ਸਿੰਗਾਪੁਰ ਹੋ ਗਿਆ, ਮਲੇਸ਼ੀਆ ਹੋ ਗਿਆ, ਹੋਰ ਪਾਕਿਸਤਾਨ, ਇੰਡੋਨੇਸ਼ੀਆ ਹੋ ਗਿਆ, ਇੰਡੋਨੇਸ਼ੀਆ ਡੱਚ ਦੇ ਅੰਡਰ ਸੀ। ਲੇਕਿਨ ਅਸੀਂ ਮੇਰਾ ਜ਼ਾਤੀ ਦੇਖ ਚੁੱਕੇ ਹੋ, ਮੈਂ ਦੁਨੀਆ ਘੁੰਮਦਾ ਰਹਿੰਦਾ, ਮੈਂ ਵੈਸੇ ਵੀ ਮਲੇਸ਼ੀਆ ਸੈਟਲ ਹਾਂ। ਮੇਰਾ ਜ਼ਾਤੀ ਐਕਸਪੀਰੀਅੰਸ ਇਹ ਕਹਿੰਦਾ ਕਿ ਅੱਜ ਕੱਲ੍ਹ ਤਰੱਕੀ ਹੋਣ 'ਚ 20-25 ਸਾਲ ਬਹੁਤ ਹੈ, ਚਾਹੇ ਇੰਡੀਆ ਹੋਵੇ ਚਾਹੇ ਪਾਕਿਸਤਾਨ ਹੋਵੇ, ਨਹੀਂ ਤਾਂ ਇਹ 250 ਸਾਲ, ਇਹ 500 ਸਾਲ ਵੀ ਨਹੀਂ ਹੋ ਸਕਦਾ। ਉਹਨਾਂ ਲੋਕਾਂ ਨੇ ਸਿਰਫ 20-25 ਸਾਲ, ਜੇ ਤਾਈਵਾਨ ਸ਼ਾਮਿਲ ਹੈ, ਜਪਾਨ ਵੀ ਉਹਦੇ 'ਚ ਸ਼ਾਮਿਲ ਹੈ, ਤਬਾਹ ਬਰਬਾਦ ਹੋਣ ਕੇ ਉਹ ਵੀ 10-20 ਸਾਲ 'ਚ ਖੜਾ ਹੋਇਆ, ਜਿਹੜੇ ਇਹ ਸਿੰਗਾਪੁਰ ਆ, ਥਾਈਲੈਂਡ ਆ, UAE ਤੇ ਇੱਕ ਅਮਰੀਕਾ ਲੈਣਾ, ਉਹਨਾਂ ਕੋਲ ਤਾਂ ਪੈਟਰੋਲ ਆ ਗਿਆ, ਇਹ ਤਾਂ ਪੈਟਰੋਲ ਇੱਕ ਮੁਲਕ ਨਹੀਂ ਹੈ ਨਾ ਜੀ, ਇਹ ਤਾਂ ਆਪਣੇ ਅਸੂਲ ਬਣਾ ਕੇ ਉੱਥੇ ਤੱਕ ਪਹੁੰਚੇ ਹੈ ਨਾ ਜੀ। ਅਤੇ ਅਸੀਂ ਜਿਹਨੂੰ ਕਹਿੰਦੇ ਆ ਜੂਲ ਆਫ ਦਾ ਕਰਾਊਨ ਹੋ ਕੇ ਅਸੀਂ ਇੱਥੇ, ਇਹ ਤਾਂ ਇੰਡੀਆ ਔਰ ਸਾਨੂੰ ਸੋਚਣਾ ਚਾਹੀਦਾ ਕਿ ਤਰੱਕੀ ਵਾਸਤੇ 20-25 ਸਾਲ ਹੀ ਬਹੁਤ ਹੈ। ਹੁਣ 70 ਸਾਲ ਉਹਨਾਂ ਨੂੰ ਹੋ ਗਿਆ, 70 ਸਾਲ ਸਾਨੂੰ ਹੋ ਗਿਆ, ਅਸੀਂ ਤਾਂ ਪਿੱਛੇ ਹੀ ਜਾ ਰਹੇ ਹਾਂ ਨਾ। ਇੱਕ ਆਪਣੇ ਦਰਸ਼ਕਾਂ ਵਾਸਤੇ ਮੈਂ ਛੋਟੀ ਜਿਹੀ ਮਿਸਾਲ ਦਿੰਦਾ, ਮੈਂ ਉੱਥੇ 1895 'ਚ ਗਿਆ, ਉੱਥੇ ਇੱਕ ਬਹੁਤ ਵੱਡੀ ਪੈਨ ਸੈਂਚਰੀ, ਦੁਨੀਆ ਸਭ ਤੋਂ ਵੱਡੀ ਰਿਫਾਇਨਰੀ ਸੀ, ਉਹ ਇੰਡੀਅਨ ਦੀ ਸੀ, ਉਹ ਬਾਟਾ ਟਾਟਾ ਬਿਰਲੇ ਵਾਲੇ ਜਿਹੜੇ ਲੋਕ ਸੀ ਨਾ, ਇਹਨਾਂ ਦੇ ਉਹ ਬਿਲੀਅਨਰ ਲੋਕ ਹੈ, ਉਹਦਾ ਜਿਹੜਾ ਸੀ ਜਨਰਲ ਮੈਨੇਜਰ, ਉਹ ਮੇਰਾ ਦੋਸਤ ਬਣ ਗਿਆ, ਪੰਜਾਬੀ ਸੀ ਉਹ ਵੀ, ਉਹ ਘਰ ਆਉਣ ਲੱਗ ਪਿਆ, ਕਹਿੰਦਾ ਸਈਦ ਸਾਹਿਬ ਮੈਂ ਇੱਥੇ 1970 'ਚ ਆਇਆ ਸੀ, ਐਸੇ ਮਲੇਸ਼ੀਆ ਦੇ ਵਿੱਚ, ਠੀਕ, ਮੈਂ ਕਿਸੇ ਮੁਲਕ ਨੂੰ ਰਹਿਣ ਵਾਲਾ, ਇਹ ਲੋਕ ਉੱਥੋਂ ਸਾਡੇ ਸਪੈਲਰ ਇੰਡੀਆ 'ਚੋਂ ਪੱਟ ਗਏ ਅਤੇ ਇੱਥੇ ਲਾ ਰਹੇ ਹੈਗੇ, ਤਾਂ ਹੁਣ ਆਜ਼ਾਦੀ ਲਈ ਹੈ ਇੱਥੋਂ, ਚਲੋ ਵਾਪਸ। ਮੈਂ ਉੱਥੋਂ ਵਾਪਸ ਚਲਾ ਗਿਆ, ਹੁਣ ਇਹ ਸਹੀ ਸਾਹਿਬ 98 ਆਪਾਂ ਬੈਠੇ, 98 ਦੇ ਵਿੱਚ ਇਹ ਦੁਨੀਆ ਸਭ ਤੋਂ ਵੱਡੀ ਰਿਫਾਇਨਰੀ ਹੈ, ਮੇਰੀ ਪ੍ਰੈਡਿਕਸ਼ਨ ਆਈ ਵੀ ਵੇਖ ਜਾਣੀ ਹੈ ਔਰ ਵੇਖ ਵੀ ਗਈ ਉਹ। ਇਹ ਅਸੀਂ ਅੱਜ ਤੁਸੀਂ ਜਿਹੜੀ ਇੱਥੇ ਮਸ਼ੀਨਰੀ ਸਕਰੈਪ ਹੋ ਰਹੀ ਹੈ ਨਾ, ਇਹਨਾਂ ਨੇ ਅੱਜ ਸਕਰੈਪ ਹੋ ਰਹੀ ਹੈ, ਉਹ ਪਾਕਿਸਤਾਨ ਔਰ ਇੰਡੀਆ ਜਾ ਰਹੀ ਹੈ। ਇਹ ਉਹਦੇ ਉਸ ਇੰਡੀਅਨ ਦੇ ਵਰਮਾ ਜੀ ਦੇ ਲੱਭ ਆ, ਜਿਹੜੇ ਇਸ ਸਾਰੇ ਇਸ ਵੇਲੇ ਵੀ ਸ਼ਾਇਦ ਆਸਟ੍ਰੇਲੀਆ ਤੋਂ ਜ਼ਿੰਦਾ ਹੋਣਗੇ, ਅਤੇ ਅਸੀਂ ਕੀ ਕਰ ਸਕਦੇ ਹਾਂ? ਉਹ 20 ਸਾਲ 'ਚ ਕਿੱਥੇ ਪਹੁੰਚ ਗਏ? ਅਸੀਂ ਪਹਿਲੇ ਉਹਨਾਂ ਨੇ ਸਾਡੇ ਕੋਲ ਸਕਰੈਪ ਲੈ ਕੇ, ਉਹਨਾਂ ਨੇ ਉੱਥੇ ਪਾਮ ਆਇਲ ਦੀਆਂ ਜੋ ਵੀ ਇੰਡਸਟਰੀ ਸ਼ੁਰੂ ਕੀਤੀ ਜੀ, ਉਹ ਦੁਨੀਆ ਦੀ ਬਿਹਤਰੀਨ ਲੁਰਗੀ ਦੀ, ਜਰਮਨੀ ਦੀ, ਯੂਰਪ ਦੀ ਟਾਪ ਮਸ਼ੀਨਰੀ ਹੈ ਉੱਥੇ। ਜਦੋਂ ਮੈਂ ਉੱਥੇ ਗਿਆ, ਇੰਡੀਆ ਸਾਰੇ ਟਾਟਾ ਟਰੱਕ ਚੱਲ ਰਿਹਾ ਹੈ, ਬਜਾਜ ਰਿਕਸ਼ਾ ਚੱਲ ਰਿਹਾ, ਉਹਦਾ ਨਾਂ ਨਿਸ਼ਾਨ ਮਿਟ ਗਿਆ, ਨਾਂ ਨਿਸ਼ਾਨ ਮਿਟ ਗਿਆ ਉਹਦਾ। ਇਹਦਾ ਮਤਲਬ ਕਿ 20-25 ਸਾਲ ਬਹੁਤ ਜ਼ਿਆਦਾ, ਚਾਹੇ ਇੰਡੀਆ ਦਾ ਚਾਹੇ ਪਾਕਿਸਤਾਨ, ਦੁਨੀਆ ਦਾ ਕੋਈ ਮੁਲਕ ਹੋਵੇ, 20-25 ਸਾਲ ਬਹੁਤ ਜ਼ਿਆਦਾ ਲੈਂਥ 'ਚ ਚੜ੍ਹਨ ਵਾਸਤੇ। ਲੈਂਥ ਅਮਾਤੀਰ ਨੇ ਕਿਹਾ ਸੀ 2020 ਅਸੀਂ ਤਰੱਕੀ ਯਾਫਤਾ ਹੋਵਾਂਗੇ, ਸਾਡੇ ਹਿਸਾਬ ਨਾਲ 10 ਸਾਲ ਪਹਿਲਾਂ ਤਰੱਕੀ ਯਾਫਤਾ। ਜਿਹੜੇ ਲੋਕ ਮਲੇਸ਼ੀਆ, ਸਾਡੇ ਕਿੰਨੇ ਇੰਡੀਅਨਸ ਭਰਾ ਜਾਂਦੇ ਆ ਮਲੇਸ਼ੀਆ, ਪਾਕਿਸਤਾਨ ਵਾਲੇ ਜਾਂਦੇ ਆ, ਉਹ ਤਾਂ ਮਿਡਲ ਆਸਟ ਨੂੰ, ਉੱਧਰ ਹੀ ਅਮੈਰੀਕਾ ਵਾਲੇ ਨਹੀਂ ਜਾਣਦੇ, ਉਹ ਵੀ ਜਾਂਦੇ ਆ ਉੱਥੇ। ਤੁਸੀਂ ਤਰੱਕੀ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ, ਥਾਈਲੈਂਡ ਹੋਵੇ ਜਾਂ ਉਹ ਹੋਵੇ, ਇਹ ਸਾਰੇ 2000 ਸਾਲ ਵੀ ਨਹੀਂ ਹੋ ਸਕਦਾ ਜੀ, 20 ਸਾਲ ਬਹੁਤ ਜ਼ਿਆਦਾ। ਅੰਗਰੇਜ਼ ਨੇ ਆਪਾਂ ਨੂੰ ਨਹਿਰਾਂ ਬਣਾ ਕੇ ਦੇ ਦਿੱਤੀਆਂ, ਉਹਨਾਂ ਨੇ ਸਾਨੂੰ ਏਅਰਪੋਰਟ ਬਣਾ ਕੇ ਦੇ ਦਿੱਤੇ, ਉਹਨਾਂ ਨੇ ਇੰਡਸਟਰੀ ਲਾ ਦਿੱਤੀ, ਉਹਨਾਂ ਨੇ
ਬੈਰਾਜ ਬਣਾ ਦਿੱਤੇ, ਉਹਨਾਂ ਨੇ ਹੈੱਡ ਬਣਾ ਦਿੱਤੇ, ਉਹਨਾਂ ਨੇ ਇਨਸਾਫ ਤੁਹਾਡਾ ਮੁਜਰਮ, ਤੁਹਾਡਾ ਕਾਤਲ, ਤੁਹਾਡਾ ਚੋਰ, ਤੁਹਾਡਾ ਡਕੇਟ ਉਹਨਾਂ ਨੇ ਖੁਦ ਲੱਭਿਆ, ਖੁਦ ਲੱਭ ਕੇ ਉਹਨੂੰ ਸਜ਼ਾਵਾਂ ਦਿੱਤੀਆਂ, ਉਹ ਕੋਰਟ 'ਚ ਗਿਆ, ਕੋਰਟ 'ਚ ਸਾਬਤ ਹੋਇਆ ਅਤੇ ਉਹਨੂੰ ਫਾਹੇ ਚੜਾਇਆ ਅਤੇ ਕਿਸੇ ਨੂੰ ਉਹ ਲਾਇਆ। ਇਹਦਾ ਮਤਲਬ ਕਿ ਇਨਸਾਫ, ਜਦ ਤੱਕ ਇਨਸਾਫ ਨਹੀਂ ਹੋਏਗਾ ਨਾ, ਜਸਟਿਸ, ਸੋਸਾਇਟੀ ਦਾ ਜਸਟਿਸ ਨਹੀਂ ਹੋਏਗਾ, ਚਾਹੇ ਉਹ ਡੰਡੇ ਦੇ ਜ਼ੋਰ 'ਤੇ ਹੋਵੇ। ਜੀ ਜੀ, ਕਿਉਂਕਿ ਸੋਚ ਦੀ ਜ਼ੋਰ 'ਤੇ ਅਸੀਂ ਨਹੀਂ ਬਦਲ ਸਕਦੇ। ਠੀਕ, ਇੰਡੀਆ ਔਰ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਆਪਣਾ ਕਾਂਸਟੀਟਿਊਸ਼ਨ ਹੈ, ਜਿਹੜਾ ਸਾਡਾ ਕਾਂਸਟੀਟਿਊਸ਼ਨ ਹੈ ਨਾ, ਉਹਨਾਂ ਨੂੰ ਹਿੰਦੂਇਜ਼ਮ ਲਿਆਉਣ ਦੀ ਜ਼ਰੂਰਤ ਨਹੀਂ ਹੈ। ਹਾਂਜੀ ਬਿਲਕੁਲ, ਸਾਨੂੰ ਮੁਸਲਮਾਨਇਜ਼ਮ ਲਾਉਣ ਦੀ ਜ਼ਰੂਰਤ ਨਹੀਂ ਹੈ। ਸਾਡਾ ਆਇਨ ਆਲਰੇਡੀ ਸਾਡੇ ਮਜ਼ਹਬ ਦੇ ਮੁਤਾਬਿਕ ਹੈ, ਉਹਨਾਂ ਦੇ ਮੁਤਾਬਿਕ ਹੈ। ਉਹ 'ਤੇ ਸਿੰਪਲੀਸਿਟੀ ਤੁਸੀਂ ਅਮਲ ਕਰਨਾ। ਜਿਹੜੇ ਵੀ ਪੁਰਾਣੇ ਬਜ਼ੁਰਗ ਆ, ਤੁਸੀਂ ਉਹਨਾਂ ਨੂੰ ਪੁੱਛ ਲਓ ਉਦੋਂ ਇਨਸਾਫ਼ ਕੀ ਸੀ ਅਤੇ ਹੁਣ ਕੀ ਸੀ। ਇਹਦਾ ਮਤਲਬ ਡੰਡਾ ਹੱਥ 'ਚ ਹੋਣਾ ਚਾਹੀਦਾ, ਸੋਚ ਡੰਡੇ ਨੇ ਹੀ ਇੱਥੇ ਦੀ ਬਦਲਦੀ ਹੈ, ਅਸੀਂ ਡੰਡੇ ਦੇ ਯਾਰ ਹਾਂ। ਮੇਰੀ ਪਰਸਨਲ ਸੋਚ ਕਿ ਜਦ ਤੱਕ ਜਜ਼ਾ ਸਜ਼ਾ ਨਹੀਂ ਮਿਲੇਗੀ ਨਾ, ਉੱਥੇ ਵੀ ਕਰਪਸ਼ਨ ਦੀ ਕੋਈ ਸਜ਼ਾ ਨਹੀਂ ਹੈ। ਸਾਡੇ ਤਾਂ ਇੱਥੇ ਹੈ ਨਾ 1 ਅਰਬ ਦੀ, 2 ਅਰਬ, 10 ਅਰਬ ਦੀ, ਉੱਥੇ ਤਾਂ ਹੈ 900 ਕਰੋੜ ਦੀ ਕਰਪਸ਼ਨ, 2000 ਕਰੋੜ ਦੀ ਕਰਪਸ਼ਨ। ਉਹ ਜਿਹੜੇ ਕਰਪਟ ਆ, ਉੱਥੇ ਵੀ ਵਜ਼ੀਰ ਹੈ, ਇੱਥੇ ਵੀ ਵਜ਼ੀਰ ਹੈ, ਇੱਥੇ ਸਾਡਾ ਪ੍ਰਾਈਮ ਮਿਨਿਸਟਰ ਤੋਂ ਐਕਿਊਜ਼ਡ ਹੈਗਾ, ਇਹ ਕਿਸ ਤਰ੍ਹਾਂ ਹੋ ਸਕਦਾ? ਉਹ ਜਜ਼ਾ ਸਜ਼ਾ ਹੀ ਨਹੀਂ ਹੈ। ਇਹ ਤੁਸੀਂ ਪਾਕਿਸਤਾਨ ਨਵਾਜ਼ ਸ਼ਰੀਫ ਸਾਹਿਬ ਨੂੰ ਉਹਨਾਂ ਨੇ ਲਾ ਦਿੱਤਾ, ਇੰਡੋਨੇਸ਼ੀਆ ਦੇ, ਮਲੇਸ਼ੀਆ ਦੇ ਅਖਬਾਰਾਂ 'ਚ ਤਬਸਰਾ ਆਇਆ ਯਾਰ ਕਿਹੜੇ ਮੁਲਕ ਹੈਗੇ ਆ, ਇਹ ਫਿਰ ਕਰਪਸ਼ਨ 'ਚ ਲਾ ਦਿੰਦੇ ਹੈਗੇ, ਉਹ ਫਿਰ ਵਜ਼ੀਰ ਆਜ਼ਮ ਬਣ ਜਾਂਦੇ ਆ। ਕੋਈ ਸਜ਼ਾ ਨਹੀਂ ਨਵਾਜ਼ ਸ਼ਰੀਫ ਸਾਹਿਬ ਉੱਥੇ ਜਾ ਕੇ, ਬਟ ਇੰਡੀਆ ਦਾ ਸੇਮ ਇਹ ਹੀ ਹਾਲ ਹੈ। ਕੋਈ ਕਰਪਟ ਜਿਹੜਾ ਬੰਦਾ, ਕੋਈ ਕਰਪਟ ਇਹ ਨਹੀਂ ਕਿ ਮਾਸ਼ੀ ਕਰਪਟ, ਅਖਲਾਕੀ ਕਰਪਸ਼ਨ ਕਰਦਾ, ਮਾਸ਼ੀ ਕਰਦਾ, ਜ਼ਮੀਨਾਂ ਦੀ ਕਰਪਸ਼ਨ ਕਰਦਾ, ਕੋਈ ਸਜ਼ਾ ਹੀ ਨਹੀਂ ਕਿਸੇ ਨੂੰ। ਅਤੇ ਜਜ਼ਾ ਸਜ਼ਾ ਦਾ ਨਿਜ਼ਾਮ ਨਹੀਂ ਹੈ ਨਾ, ਉਹਦਾ ਤਾਂ ਪਾਕਿਸਤਾਨ ਇੰਡੀਆ ਦੇ ਜੰਗ ਨਾਲ ਕੋਈ ਚੱਕਰ ਨਹੀਂ ਨਾ। ਨਹੀਂ ਜੀ, ਇਹ ਤਾਂ ਅਸੀਂ ਆਪਣੇ ਘਰ ਸਹੀ ਕਰ ਸਕਦੇ ਹਾਂ, ਉਹ ਵੀ ਕਰ ਸਕਦੇ ਹਾਂ, ਬਿਲਕੁਲ, ਆਪਣੀ ਮੰਜੀ ਥੱਲੇ ਤਾਂ ਆਪ ਹੀ ਰਾਂ ਫੇਰਨੀ ਹੈ ਜੀ। ਉਹ ਇੱਥੇ ਤਾਂ ਫਿਰ ਸਾਡੀ ਮਾਰਸ਼ਲ ਰਹਿ, ਸਾਡੀ ਫਿਰ ਗੱਲ ਕਰ ਸਕਦੇ ਹਾਂ, ਜ਼ਿਮੀਦਾਰ ਨਾਲ ਗੱਲ ਕਰ ਸਕਦੇ ਹਾਂ, ਅਮੀਰ ਆਦਮੀ ਨਾਲ ਗੱਲ ਕਰਦੇ ਹਾਂ। ਉੱਥੇ ਕੋਨਸੈਪਟ ਹੀ ਨਹੀਂ ਹੈ, ਹੁਣ ਬਦਲ ਰਿਹਾ ਇਸਦਾ। ਉੱਥੇ ਤਾਂ ਜੈ ਹੀ ਪੈਸੇ ਲੈ ਤੀ ਔਰ ਉਹਦੀ ਹੈਗੀ ਹੈ। ਇਹ ਅਸੀਂ ਬਈ ਇੱਕੋ ਹੀ ਹਾਲਾਤ ਹੈਗੇ ਆ, ਅਸੀਂ ਨਹੀਂ ਬਦਲ ਸਕਦੇ ਕਿਸੇ ਤੌਰ 'ਤੇ। ਇਹ ਜਦ ਤੱਕ ਅਸੀਂ ਚੇਂਜ ਨਾ ਹੋਏ ਤਾਂ 20-25 ਸਾਲ ਬਹੁਤ ਹੈ, ਨਹੀਂ ਤਾਂ ਮੈਂ ਆਪਣੇ ਤਜਰਬੇ ਦੀ ਬੁਨਿਆਦ 'ਤੇ ਕਹਿਣਾ ਇਹ 1000 ਸਾਲ ਵੀ ਨਹੀਂ ਹੋਏਗਾ, 5000 ਸਾਲ ਹੀ ਹੋਏ ਤਾਂ ਇੱਥੇ ਰਹੀ ਹੈ। ਠੀਕ ਹੈ ਸਰ, ਜਾਣ ਤੋਂ ਪਹਿਲਾਂ ਮੈਂ 1-2 ਸਵਾਲ ਛੋਟੇ ਛੋਟੇ ਜ਼ਰੂਰ ਕਰਨਾ ਚਾਹਾਂਗਾ ਕਿ ਸਰਹੱਦ ਤੋਂ ਪਾਰ ਵਾਲਿਆਂ ਨੂੰ ਅਤੇ ਕਾਰ ਵਾਲਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਮੈਸੇਜ ਹੈ ਤਾਂ ਅਸੀਂ ਇੱਕੋ ਹੀ ਕੁਛ ਹੈ ਨਾ ਜੀ, ਸਾਡਾ ਤਾਰੀਖ, ਜੀ ਹਾਂ, ਤਾਰੀਖ ਇੱਕੋ ਹੀ ਕੁਛ ਹੈ। ਜਿੰਨੇ ਅਸੀਂ ਮਤਲਬ ਹੈ ਕਿ ਅੰਗਰੇਜ਼ ਤੋਂ ਦੂਰ ਹੈ ਨਾ ਜੀ, ਦੂਜੇ ਇੱਕ ਸੋਸਾਇਟੀ ਤੋਂ ਦੂਰ ਹੈਗੇ ਹਾਂ, ਜਪਾਨੀਆਂ ਤੋਂ ਦੂਰ ਹੈ, ਇੰਡੀਆ ਐਡਾ ਵੱਡਾ ਮੁਲਕ ਆ, ਉਹਨਾਂ ਨੂੰ ਉਹ ਇੱਦਾਂ ਲੱਗਦਾ ਉਹਨਾਂ ਗੈਰ ਮੁਲਕ ਚਲੇ ਗਏ, ਸਾਊਥ 'ਚ ਚਲੇ ਜਾਣ, ਕਿਉਂਕਿ ਐਡਾ ਵੱਡਾ ਮੁਲਕ ਹੈਗਾ ਨਾ। ਸਾਡਾ ਸਿਰਫ ਪੰਜਾਬ ਲੋਕਾਂ ਦਾ ਉਰਦੂ ਜਾਂ ਜਿਹੜੇ ਪੰਜਾਬੀ ਸਪੀਕ, ਉਹਨਾਂ ਦਾ ਕਲਚਰ ਮਾਹੌਲ ਇੱਕੋ ਹੀ ਹੈ, ਬਾਕੀ ਸਭ ਦਾ ਅਲੱਗ ਅਲੱਗ ਹੈ, ਅਲੱਗ ਅਲੱਗ। ਬਾਕੀ ਮੇਰੀ, ਮੈਂ ਤਾਂ ਜਿੱਥੇ ਵੀ ਡਿਸਕਸ਼ਨ ਵੀ ਕਰਦਾ ਇਹੀ ਕਰਦਾ ਕਿ ਕਾਂਸਟੀਟਿਊਸ਼ਨ 'ਤੇ ਅਮਲ ਹੋਣਾ ਚਾਹੀਦਾ, ਔਰ ਸਜ਼ਾਵਾਂ 'ਤੇ ਜਿਹੜੇ ਅੰਗਰੇਜ਼ ਇੱਥੇ ਕਰ ਗਿਆ ਨਾ, ਸਿਰਫ ਉਹਨੂੰ ਅਗਰ ਰਿਪੀਟ ਕਰ ਲੈਣ, ਅਗਰ ਟਾਰਗੇਟ ਅਸੀਂ ਕਰ ਲਈਏ ਨਾ, ਉਹ ਕਹਿੰਦੇ ਜੀ ਅਸੀਂ ਇੱਥੇ ਸ਼ਿਵ ਸੈਨਾ ਆ ਜਾਵੇ, ਇੱਥੇ ਹਿੰਦੂਇਜ਼ਮ ਆ ਜਾਵੇ, ਇੱਥੇ ਮੁਸਲਮਾਨ ਆ ਜਾਏ, ਇਹਦੀ ਕੋਈ ਨਹੀਂ ਹੈ। ਸਾਡੇ ਉਦੋਂ ਇਸਲਾਮ ਨੂੰ ਕੋਈ ਖਤਰਾ ਨਹੀਂ ਸੀ, ਨਾ ਹਿੰਦੂਇਜ਼ਮ ਨੂੰ ਖਤਰਾ ਸੀ। ਉਹਨਾਂ ਨੇ ਜੋ ਆਪਣੀ ਪੋਲਿਸੀ ਨਾਲ ਸਾਨੂੰ ਡਿਵਾਈਡ ਐਂਡ ਰੂਲ ਕੀਤਾ, ਜੋ ਵੀ ਕੀਤਾ ਉਹਨਾਂ ਨੇ ਇਨਸਾਫ ਤਾਂ ਕਰਕੇ ਦੇਖਿਆ। ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਕਿ ਸਾਡਾ ਕੋਈ ਚੋਰੀ ਹੋ ਜਾਏ, ਚਕਾਰੀ ਹੋ ਜਾਏ, ਉਹਦੇ ਪਿੱਛੇ ਜਾਣ ਦੀ ਲੋੜ ਨਹੀਂ ਹੈ, ਕਾਤਲ ਦੇ ਪਿੱਛੇ ਜਾਣ ਦੀ ਲੋੜ ਨਹੀਂ ਹੈ, ਉਹ ਮੁਜਰਮ ਅਤੇ ਹਕੂਮਤ ਜਾਣੇ, ਉਹਨੂੰ ਸਜ਼ਾ ਮਿਲ ਕੇ ਹੀ ਰਹਿਣੀ ਹੈ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ। ਅਤੇ ਇਹ ਦੋਨਾਂ ਮੁਲਕਾਂ ਨੂੰ ਮੇਰੀ ਤਾਂ ਇਹੀ ਰਿਕੁਐਸਟ ਹੈਗੀ ਹੈ ਕਿ ਕਰਪਸ਼ਨ ਖਤਮ ਕਿੱਦਾਂ ਹੋਏਗੀ? ਜਿਹੜੇ ਇੰਡੀਆ ਦਾ ਕਾਂਸਟੀਟਿਊਸ਼ਨ ਆ, ਸਾਡਾ ਕਾਂਸਟੀਟਿਊਸ਼ਨ ਕਹਿੰਦਾ ਕਿ ਚੋਰ ਦੀ ਇਹ ਉਹ ਹੋਣਾ ਨਹੀਂ ਹੈ, ਕਿਉਂਕਿ ਕਰਨ ਵਾਲੇ ਉਹ ਖੁਦ ਹੈ। ਇੰਡੀਆ 'ਚ ਵੀ ਇਹੀ ਹੈ, ਜਿਹਨਾਂ ਨੇ ਜਿਹੜੇ ਸਾਡੇ ਇੰਡੀਆ ਦੇ ਜਿਹੜੇ ਇੰਡਸਟਰੀਅਲਿਸਟ ਪਾਲਿਸੀ ਉਹਨਾਂ ਨੇ ਬਣਾਉਣੀ ਹੈ ਸ਼ੁਕਰ। ਮੈਂ ਇੰਡੀਆ ਗਿਆ ਸੀ, ਸਾਡੇ ਦੇ ਇੱਥੇ ਰੁੰਦੇ ਨੇ, ਕਹਿੰਦੇ ਪੇਮੈਂਟ ਨਹੀਂ ਹੁੰਦੀ। ਮੈਂ ਇੰਡੀਆ ਗਿਆ, ਉਹ ਕਹਿੰਦਾ ਜੀ ਪਿਛਲੇ ਸਾਲ ਦੀ ਵਾਲੇ ਪੇਮੈਂਟ ਨਹੀਂ ਹੋਈ। ਸਾਰੇ ਮਿਨਿਸਟਰਾਂ ਦੀ, ਰਿਚ ਆਦਮੀ ਦੀ, ਅਮੀਰਾਂ ਦੀ, ਉਹਨਾਂ ਨੇ ਪਾਲਿਸੀ ਬਣਾਉਣੀ ਹੈ ਸ਼ੁਕਰ। ਸਾਡੀ ਵੀ ਇੱਥੇ ਇੱਦਾਂ ਹੀ ਹੈ, ਉਹ ਮੈਂ ਜ਼ਿਆਦਾ ਕੀ ਨਾ ਲਵਾਂ, ਜਿਹੜੇ ਹਕੂਮਤ 'ਚ ਸਾਰੀ ਸ਼ੁਕਰ ਮਿਲਾਂ ਉਹਨਾਂ ਦੀਆਂ, ਸਾਡੀ 2-3 ਪਾਰਟੀਆਂ ਨਾ, ਪਾਲਿਸੀ ਉਹਨਾਂ ਨੇ ਸਾਡੀ ਬਣਾਉਣੀ ਹੈ। ਦੁੱਧ ਦੀ ਰਾਖੀ ਤੁਸੀਂ ਬਿੱਲਾ ਬਿਠਾ ਦਿੱਤਾ, ਇੰਡੀਆ ਦੀ ਤਰੱਕੀ ਦਾ ਵੱਡਾ ਜਿਹੜਾ, ਮੈਂ ਆਜ਼ਾਦੀ ਤੌਰ 'ਤੇ ਸਮਝਦਾ ਨਾ ਕਿ ਇੰਡੀਆ ਦੀ ਤਰੱਕੀ ਜਿਹੜੀ ਦੇਖੀ ਮੈਂ, ਵਾਜਪਾਈ ਸਾਹਿਬ ਦੇਖੋ, ਉਹ ਵੀ ਆਉਣ ਤੁਹਾਨੂੰ ਖੱਤੇ ਕੋਈ ਬੱਚਾ ਨਹੀਂ ਹੈ, ਮਨਮੋਹਨ ਸਾਹਿਬ ਵੀ ਇੱਦਾਂ ਹੀ ਹੈ, ਮੋਦੀ ਸਾਹਿਬ ਵੀ ਇਸ ਤਰ੍ਹਾਂ ਹੀ ਹੈ, ਉਹਨਾਂ ਨੇ ਕਿਹਦੇ ਵਾਸਤੇ ਕਰਨਾ? ਇਹ ਅਲੱਗ ਅਲੱਗ, ਉਹਨੇ 'ਚ ਇੰਨੀ ਜ਼ਰੂਰਤ ਨਹੀਂ ਹੈ ਕਿ ਕੰਮ ਅਜ਼ ਕੰਮ ਤਰੱਕੀ ਨੂੰ ਛੱਡੋ ਇੰਡੀਆ ਦੀ ਨੂੰ, ਉਹ ਅੰਗਰੇਜ਼ ਦਾ ਦੌਰ ਸੰਸਦਾਏ ਤੋਂ ਪਹਿਲਾਂ ਦੌਰ ਹੀ ਵਾਪਸ ਲੈਣ, ਉਹ ਵੀ ਨਹੀਂ ਲਿਆ ਸਕਦੇ ਨਾ। ਲੇਕਿਨ ਉਹਨੇ ਤਰੱਕੀ ਦਾ ਕਿ ਕਰਪਸ਼ਨ ਬਹੁਤ ਘੱਟ ਗਈ ਹੈ, ਲੇਕਿਨ ਉਹਨਾਂ ਦੀ ਮਜਬੂਰੀਆਂ, ਸਾਡੇ ਦੇ ਇੱਥੇ ਦਰਿਆ ਜਾ ਰਿਹਾ ਨਾ। ਸਹੀ ਬਾਤ ਹੈ ਬਿਲਕੁਲ ਸਰ,
ਬਹੁਤ ਹੀ ਦਿਲ ਕਰਦਾ ਤੁਹਾਡੇ ਨਾਲ ਮਜ਼ੀਦ ਗੱਲਾਂ ਕਰਨ ਨੂੰ, ਪਰ ਸਮੇਂ ਦਾ ਵੀ ਖਿਆਲ ਕਰਨਾ ਪੈਂਦਾ। ਔਰ ਜੋ ਗੱਲਾਂ ਤੁਸੀਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜੋ ਦੱਸੀਆਂ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤੀਆਂ। ਮੈਂ ਅੱਗੇ ਗੱਲ ਹੋਰ ਕਰਾਂਗਾ। ਦੇਖੋ ਨਾ, ਅਸੀਂ ਵਾਕਫ ਨਹੀਂ ਇੰਡੀਅਨਸ ਦੇ ਨਾ, ਉਹ ਕੋਈ ਪੰਜਾਬੀ ਹਿੰਦੂ ਹੋਵੇ, ਕੋਈ ਸਾਊਥ ਦਾ ਹੋਵੇ, ਕੋਈ ਉਹਨਾਂ ਦਾ ਹਿਮਾਚਲ ਦਾ ਹੋਵੇ, ਜਿੱਥੇ ਦਾ ਵੀ ਹੋਵੇ ਨਾ, ਅਸੀਂ ਜਦੋਂ ਬਾਹਰਲੇ ਮੁਲਕਾਂ ਜਾਂਦੇ ਹਾਂ, ਮੈਂ ਦੁਨੀਆ ਘੁੰਮਦੇ ਹਾਂ, ਸਾਡੇ ਸਭ ਤੋਂ ਵੱਡੇ ਸਾਡਾ ਇਹਨਾਂ ਲੋਕਾਂ ਨੂੰ ਦਿਲ ਕਰਦਾ ਗੱਲ ਕਰੀਏ ਨਾ, ਉਹਨਾਂ ਦਾ ਸਾਹਮਣਾ ਕਰਦਾ ਜੀ। ਔਰ ਮੈਨੂੰ ਹਰ ਜਗ੍ਹਾ ਇਹ ਸਵਾਲ ਹੁੰਦਾ, ਕਿਉਂਕਿ ਅਸੀਂ ਐਜ਼ ਏ ਐਨੀਮੀ ਦੁਨੀਆ 'ਚ ਮਸ਼ਹੂਰ ਹਾਂ, ਅਸੀਂ ਇੰਡੀਆ ਪਾਕਿਸਤਾਨ ਇਹਨਾਂ ਦੀ ਦੁਸ਼ਮਣੀ ਮਸ਼ਹੂਰ ਹੈ ਜੀ, ਮਸ਼ਹੂਰ। ਲੇਕਿਨ ਸਾਨੂੰ ਉੱਥੇ ਮੈਨੂੰ ਮਲੇਸ਼ੀਆ ਵੀ ਲੋਕ ਪੁੱਛਦੇ ਆ, ਸਿੰਗਾਪੁਰ ਵੀ ਪੁੱਛਦੇ ਆ, ਉਹ ਯਾਰ ਤੁਸੀਂ ਤਾਂ ਮਤਲਬ ਹੈ ਕਿ ਉਹ ਤੂੰ ਕਹਿੰਦਾ ਸਾਨੂੰ ਛੱਡ ਕੇ, ਯੂ ਆਲਵੇਜ਼ ਫੋਲੋ ਦੈਮ, ਯੂ ਆਲਵੇਜ਼ ਗੋ ਵਿਦ ਦੈਮ, ਯੂ ਆਲਵੇਜ਼ ਸਲੀਪ ਵਿਦ ਦੈਮ, ਯੂ ਰਿਸਪੈਕਟ ਦੈਮ। ਉਹ ਮੈਂ ਕਿਹਾ ਸਾਡਾ ਯਾਰ ਇਹ ਤਾਂ ਹਕੂਮਤਾਂ ਦਾ ਚੱਕਰ ਹੈ, ਸਾਡਾ ਆਪਸ ਪਿਆਰ ਉਸੇ ਤਰੀਕੇ ਦੇ ਨਾਲ ਹੀ ਹੈ ਨਾ ਜੀ। ਐਂਡ ਬਿਕੋਜ਼ ਵੀ ਹੈਵ ਸੇਮ ਲੈਂਗੁਏਜ ਨਹੀਂ, ਆਲਸੋ ਜਿਹੜੇ ਕਿਤੇ ਵੀ ਚਲੇ ਜਾਓ ਨਾ ਜੀ, ਅਸੀਂ ਅਸੀਂ ਬਿਹਤਰੀਨ ਦੋਸਤ ਹਾਂ। ਸਹੀ ਗੱਲ, ਇੰਡੀਅਨਸ ਔਰ ਪਾਕਿਸਤਾਨੀ, ਵੀ ਆਰ ਦਾ ਬੈਸਟ ਫਰੈਂਡਸ, ਵੀ ਆਰ ਦਾ ਬੈਸਟ ਫਰੈਂਡ ਆਊਟ ਆਫ ਆਵਰ ਕੰਟਰੀਜ਼। ਬਿਲਕੁਲ ਬਿਲਕੁਲ ਸਹੀ, ਆਊਟ ਆਫ ਆਵਰ ਕੰਟਰੀਜ਼ ਅਸੀਂ ਇੱਕ ਦੂਜੇ ਦੇ ਹਮਦਰਦ ਹੁੰਦੇ ਹਾਂ, ਗਮਗੁਸਾਰ ਹੁੰਦੇ ਹਾਂ, ਸਾਰੀ ਇੱਕ, ਕੋਈ ਪਤਾ ਨਹੀਂ ਹਿੰਦੁਸਤਾਨ ਕੌਣ ਅਤੇ ਪਾਕਿਸਤਾਨ ਕੌਣ। ਇਹ ਹੈ ਜੀ, ਹੁਣ ਇਹ ਤਾਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਹੋਏਗਾ ਸਹੀ, ਕੋਈ ਕੋਈ ਦੂਰ ਦੂਰ ਤੱਕ ਕੋਈ ਉਮੀਦ ਨਹੀਂ ਹੈ। ਅਸੀਂ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗੇ, ਤੁਸੀਂ ਬਹੁਤ ਹੀ ਕੀਮਤੀ ਰਾਏ ਦੇ ਨਾਲ ਸਾਨੂੰ ਨਵਾਜ਼ਿਆ ਔਰ ਬਹੁਤ ਹੀ ਅੱਛੀਆਂ ਅੱਛੀਆਂ ਤੁਸੀਂ ਸਾਨੂੰ ਗੱਲਾਂ ਕੀਤੀਆਂ। ਬਸ ਜੀ, ਜਾਣ ਤੋਂ ਪਹਿਲਾਂ ਇਹੀ ਹੈ ਕਿ ਮੇਰੇ ਦਿਲ ਵਿੱਚੋਂ ਉੱਠਦੀ ਹੈ ਕੂਕ, ਮੇਰਾ ਪੂਰਾ ਕਰਦੇ ਖੁਆਬ, ਮੇਰੇ ਦਿਲ ਵਿੱਚੋਂ ਉੱਠਦੀ ਹੈ ਕੂਕ, ਮੇਰਾ ਪੂਰਾ ਕਰਦੇ ਖੁਆਬ, ਔਰ ਸ਼ਾਲਾ ਜੀ ਨਹੀਂ ਰਹੇ ਪੰਜਾਬੀ, ਮੇਰਾ ਵੱਸਦਾ ਰਹੇ ਪੰਜਾਬ, ਮੇਰਾ ਵੱਸਦਾ ਰਹੇ ਪੰਜਾਬ। ਬਹੁਤ ਬਹੁਤ ਸ਼ੁਕਰੀਆ, ਰੱਬ ਰੱਖਾ।